ਵਿੱਚ ਖਾ ਲਓ। ਇੱਕ ਹੀ ਟਾਈਮ 'ਤੇ ਨਾ ਬਈ ਦੋ ਤਿੰਨ ਆਫਤਾਂ ਇੱਦਾਂ ਦੀਆਂ ਆ ਗਈਆਂ ਨਾ ਬਈ ਮੇਰੀ। ਇੱਕ ਤਾਂ ਬਈ ਮੇਰੀ ਜਿਹੜੀ ਗ੍ਰੈਂਡ ਮਦਰ ਸੀਗੀ ਬਈ ਉਹਨਾਂ ਦੀ ਡੈਥ ਹੋ ਗਈ, ਅਤੇ ਉਸ ਤੋਂ ਦੋ ਦਿਨ ਬਾਅਦ ਰੋਟੀ ਥੋੜ੍ਹਾ ਚਿੱਕੜ ਛਾਲ ਲੱਗਦਾ ਨਾ। ਮੈਂ ਕਹਿੰਦਾ ਜਿੰਨੇ ਵੀ ਮੁੰਡੇ ਹੈਗੇ ਆ ਦੁਨੀਆਂ 'ਤੇ ਸਭ ਨੂੰ ਇੱਦਾਂ ਦੀ ਘਰ ਵਾਲੀ ਮਿਲੇ ਜਾਂ ਫਿਰ ਇੱਦਾਂ ਦੀ ਇੱਕ ਫਿਊਂਸੇ ਜਾਂ ਫਿਰ ਜਿਹਨੂੰ ਪਿਆਰ ਕਰਦੇ ਅਗਲੇ, ਉਹੀ ਸੋਚ ਕੁੜੀਆਂ ਦੀ ਮੈਂ ਕਹਿੰਦਾ ਮੈਂਟੈਲਿਟੀ ਉੱਦਾਂ ਦੀ ਰਹੇ। ਆਪਣੇ ਬਾਈ ਦਾ ਮੂਸੇ ਵਾਲੇ ਬਾਈ ਦਾ ਗੀਤ ਆਇਆ ਸੀਗਾ ਇੱਕ, ਕਹਿੰਦੇ ਬੱਲੀਏ ਜਹਾਨ ਉੱਤੇ ਬੜੇ ਲੋਕਾਂ ਦੀ ਸਾਡੀ ਬਦਨਾਮੀ ਸਿਰ ਰੋਟੀ ਚੱਲਦੀ। ਸਾਡੀ ਬਦਨਾਮੀ ਸਿਰ ਜੇਕਰ ਰੋਟੀ ਖਾ ਰਿਹਾ ਨਾ ਬਾਈ, ਤਾਂ ਆਪਾਂ ਹੱਸ ਕੇ ਰੋਟੀ ਖਵਾਈ ਦੀ ਉਹਨਾਂ ਨੂੰ ਕਿ ਖਾ ਲਓ ਬਾਈ, ਕੋਈ ਚੱਕਰ ਨਹੀਂ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਸਤੋ, ਕੀ ਹਾਲ ਚਾਲ ਨੇ? ਤੁਸੀਂ ਦੇਖ ਰਹੇ ਹੋ ਪੰਜਾਬੀ ਪੋਰਟਲੀ, ਅਤੇ ਮੈਂ ਹਾਂ ਮਿਸਟਰ ਕਮਾਲ, ਅਤੇ ਅੱਜ ਸਾਡੇ ਨਾਲ ਮੌਜੂਦ ਨੇ ਬਾਈ ਇਸ਼ਾਨ ਬੱਗਾ। ਤੁਸੀਂ ਇੰਸਟਾਗ੍ਰਾਮ 'ਤੇ ਦੇਖਦੇ ਰਹਿੰਦੇ ਹੋ ਇਹਨਾਂ ਨੂੰ, ਤਾਂ ਸੋਸ਼ਲ ਮੀਡੀਆ 'ਤੇ ਬਹੁਤ ਹੀ ਚਰਚਾ 'ਚ ਰਹਿੰਦੇ ਨੇ, ਇਹਨਾਂ ਦੇ ਗਾਣੇ ਵੀ ਆਏ ਨੇ, ਅਤੇ ਬਾਕੀ ਸਾਰੀਆਂ ਗੱਲਾਂ ਇੱਥੇ ਨਹੀਂ ਕਰਦੀਆਂ, ਆਓ ਬਾਈ ਨਾਲ ਗੱਲਬਾਤ ਕਰਦੀ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ ਬਾਈ ਜੀ? ਬਹੁਤ ਵਧੀਆ, ਤੁਸੀਂ ਸੁਣਾਓ? ਸਭ ਤੋਂ ਪਹਿਲਾਂ ਤਾਂ ਬਾਈ ਜੀ ਮੁਬਾਰਕਾਂ, ਤੁਸੀਂ ਨਵੀਂ ਗੱਡੀ ਲਈ ਹੈ। ਧੰਨਵਾਦ ਜੀ, ਲੱਗ ਗਿਆ ਹੀ ਪਤਾ। ਅਤੇ ਸਾਡੀ ਪਾਰਟੀ ਰਹਿ ਗਈ, ਕੋਈ ਆਪਾਂ ਇਹ ਤੋਂ ਬਾਅਦ ਕਰਦੇ ਹਾਂ, ਇਹ ਤੋਂ ਬਾਅਦ ਇਹ ਤੋਂ ਬਾਅਦ ਜ਼ਰੂਰ ਜ਼ਰੂਰ। ਬਾਕੀ ਸੈਂਡਵਿਚ ਤਾਂ ਛੱਕ ਲਿਆ ਆਪਾਂ, ਬਾਕੀ ਪਾਰਟੀ ਬਾਈ ਆ ਤੁਹਾਡੀ। ਜੀ ਬਿਲਕੁਲ। ਅਤੇ ਬਾਈ ਜੀ ਅੱਜ ਰੋਜ਼ ਡੇ ਹੈ। ਹਾਂਜੀ, ਅਤੇ ਦਿਆ ਏ ਰੋਜ਼ ਬਾਈ ਮਿਲਿਆ ਤਾਂ ਹੈ ਨਹੀਂ, ਕਿਤੇ ਰਸ਼ ਰੁਸ਼ ਕਰਕੇ ਤੁਹਾਨੂੰ ਪਤਾ ਮੋਹਾਲੀ ਸ਼ਹਿਰ 'ਚ ਰਸ਼ ਤਾਂ ਬੜਾ ਹੁੰਦਾ। ਅੱਛਾ, ਫਿਰ ਮੈਂ ਪੈਨ ਕੇਕ ਖਿਲਾ ਕੇ ਆਇਆ ਵਾਂ ਆਪਣੀ, ਰੋਜ਼ ਬਾਅਦ 'ਚ ਦਊਂਗਾ ਜਾ ਕੇ ਤੁਹਾਨੂੰ। ਅੱਛਾ ਬਾਈ, ਤੁਸੀਂ ਕੀ ਸਮਝਦੇ ਹੋ ਕਿ ਜਿਹੜੇ ਆਪਣੇ ਦਿਨ ਫਰਵਰੀ ਦੇ ਵਿੱਚ ਆ ਜਾਂਦੇ ਆ, ਹਾਂਜੀ ਰੋਜ਼ ਡੇ, ਹੰਟ ਡੇ, ਟੈਡੀ ਡੇ, ਕਿਸ ਡੇ, ਅੱਗੇ ਵੈਲੰਟਾਈਨ ਡੇ, ਬੜੀ ਲੰਬੀ ਡੇਟ ਸ਼ੀਟ ਹੈ। ਖੈਰ, ਹਾਂ ਬੜੀ ਲੰਬੀ ਡੇਟ ਸ਼ੀਟ। ਅਤੇ ਇਹ ਸਾਰੇ ਦਿਨ ਭੁਗਤਣੇ ਜ਼ਰੂਰੀ ਹੁੰਦੇ ਆ ਬਾਈ? ਇਹ ਆਪਣੇ 'ਤੇ ਆਪਾਂ ਦੇਣੇ, ਇਹ ਹਾਜ਼ਰੀਆਂ ਲਾਉਣੀਆਂ ਕਿ ਨਹੀਂ ਲਾਉਣੀਆਂ ਸਾਡੇ 'ਤੇ, ਆਪਣੇ ਆਪ ਦੇ ਬੰਦੇ 'ਤੇ। ਜੇ ਬੰਦਾ ਜ਼ਿਆਦਾ ਹੀ, ਜੇ ਬੰਦਾ ਜ਼ਿਆਦਾ ਧਾਰਮਿਕ ਹੈ ਸਾਡੇ ਵਰਗਾ, ਫਿਰ ਬੰਦੇ ਨੂੰ ਹਾਜ਼ਰੀਆਂ ਲਾਉਣੀਆਂ ਪੈਂਦੀਆਂ। ਜੇ ਬੰਦਾ ਥੋੜ੍ਹਾ ਹੈਗਾ ਵਾ ਕਿ ਥੋੜ੍ਹਾ ਅੰਦਰ ਟੁੱਟਿਆ ਹੋਇਆ, ਜੇ ਥੋੜ੍ਹਾ ਜਿਹਾ ਬੰਦਾ ਟੁੱਟਿਆ ਹੋਇਆ ਹੁੰਦਾ, ਤਾਂ ਫਿਰ ਬੰਦਾ ਕਹਿੰਦਾ ਚੱਲ ਛੱਡ ਯਾਰ, ਕਿਤੇ ਨਹੀਂ ਆਪਾਂ ਜਿੰਮ ਜਿੰਮ ਲਾਉਂਦੇ ਹਾਂ, ਪੈਗ ਪੁੱਗ ਲਾਉਂਦੇ ਜਾ ਕੇ ਆਪਾਂ, ਸਾਡਾ ਵਰਗਾ ਬੰਦਾ ਵੈਸ਼ਨੋ। ਚਲੋ ਕੋਈ ਚੱਕਰ ਨਹੀਂ, ਬਾਕੀ ਇਹ ਬੰਦੇ ਬੰਦੇ 'ਤੇ ਡਿਪੈਂਡ ਕਰਦਾ ਬਾਈ। ਜੀ ਬਾਈ, ਕਦੇ ਤੁਸੀਂ ਚਲੋ ਆਰਟਿਸਟ ਬੰਦੇ ਹੋ, ਹਾਂਜੀ, ਅਤੇ ਚਲੋ ਇਨਫਲੂਐਂਸਰ ਵੀ ਨਾਲ ਦੇ ਨਾਲ ਹੈਗੇ ਹੋ, ਕਦੇ ਕੋਈ ਸ਼ਾਇਰੀ ਆਈ ਹੋਵੇ ਮਨ 'ਚ ਇਹਨਾਂ ਦਿਨਾਂ ਦੇ ਵਿੱਚ, ਕੋਈ ਕਦੇ ਕਦੇ ਬੈਠ ਕੇ ਲਿਖੀ ਹੋਵੇ ਵੀ ਜੇ ਕੋਈ ਮਿੱਤਰ ਪਿਆਰਾ ਹੋਇਆ ਤਾਂ ਉਹਨੂੰ ਸੁਣਾਵਾਂਗੇ, ਅਤੇ ਹੁਣ ਜੋ ਹੈ ਇਹ ਬਾਈ ਦੇਖਣਾ ਪੈਣਾ ਤਾਂ ਲੱਭਣਾ ਪੈਣਾ ਹੁਣ, ਇਹ ਤਾਂ ਲਿਸਟ ਤਾਂ ਬੜੀ ਆ ਲਿਖਿਆ ਦੀ, ਹਾਂਜੀ ਲੱਭਣੀ ਪਏਗੀ ਇਹ ਤਾਂ। ਕੋਈ ਨਾ, ਚਲੋ ਤੁਸੀਂ ਅੱਗੇ ਸੁਣੋ ਇੱਕ ਵਾਰੀ, ਮੈਂ ਲੱਭ ਕੇ ਸੁਣਾਉਣਾ ਤੁਹਾਨੂੰ ਫਿਰ ਅਗਲੇ ਕੱਟ 'ਚ। ਜੀ ਲੱਭ ਕੇ ਸੁਣਾਇਓ। ਅਤੇ ਬਾਈ ਹੁਣ ਬਾਕੀ ਮੈਂ ਤੁਹਾਨੂੰ ਪੁੱਛਣਾ ਚਾਹੁੰਗਾ ਕਿ ਤੁਸੀਂ ਇਨਫਲੂਐਂਸਰ ਬਣੇ, ਅਤੇ ਕਦੋਂ ਤੋਂ ਤੁਹਾਨੂੰ ਲੱਗਿਆ ਵੀ ਹਾਂ ਵੀ ਤੁਹਾਨੂੰ ਇਸ ਫੀਲਡ 'ਚ ਆਉਣਾ ਚਾਹੀਦਾ? ਬਾਈ ਪਹਿਲੀ ਗੱਲ ਤਾਂ ਮੈਂ ਅੱਜ ਦੀ ਡੇਟ 'ਚ ਵੀ, ਮਤਲਬ ਮੈਂ ਕਹਿੰਦਾ ਨਹੀਂ ਕਿ ਮੈਂ ਇਨਫਲੂਐਂਸਰ ਹਾਂ ਕੁਛ ਵੀ ਆ, ਇਹ ਚਲੋ ਆਪਣੇ ਵੀਰ ਭਰਾਵਾਂ ਕਰਕੇ, ਆਪਣੇ ਭਰਾਵਾਂ ਦੀ ਇੱਕ ਫੈਮਿਲੀ ਦੀ ਸਪੋਰਟ ਕਰਕੇ ਵੀ ਚੱਲ ਕਿਤੇ ਨਹੀਂ ਸ਼ੇਰਾ, ਕੋਈ ਚੱਕਰ ਨਹੀਂ ਆ, ਵਧੀਆ ਵਧੀਆ ਕੰਮ ਆ, ਕੋਈ ਚੱਕਰ ਨਹੀਂ, ਮੈਂ ਵਧੀਆ ਲੋਕਾਂ ਨੂੰ ਇੱਕ ਸੁਨੇਹਾ ਦੇਣਾ ਆ ਕੁਛ ਵੀ ਆ, ਬਸ ਇਸੇ ਕਰਕੇ ਥੋੜ੍ਹਾ ਇਸ ਲਾਈਨ ਵੱਲ ਹੋਏ ਪਏ ਆ। ਬਾਕੀ ਗਾਣੇ ਗੁਣੇ ਵੀ ਆ ਰਹੇ ਤੁਹਾਡੇ ਭਰਾ ਦੇ, ਛੋਟੇ ਭਰਾ ਦੇ, ਅਤੇ ਇਨਫਲੂਐਂਸਰ ਬਸ ਇੱਦੀ ਬਾਈ ਕਿ ਦੋ ਤਿੰਨ ਸਾਲ ਪਹਿਲਾਂ ਅੱਜ ਤੋਂ ਫੋਨ ਹੁੰਦਾ ਸੀ ਮੇਰੇ ਤੋਂ, ਜਿਉਣੀ ਦਾ ਜੀ, ਜਿਉਣੀ ਦਾ ਫੋਨ ਹੁੰਦਾ ਸੀ ਮੇਰੇ ਤੋਂ, ਅਤੇ ਨਵੀਂ ਨਵੀਂ ਟਿਕਟ ਵੀ ਚੱਲੀ ਸੀ ਉਸ ਵੇਲੇ, ਅਤੇ ਫਿਰ ਜਿਉਣੀ ਦੇ ਫੋਨ 'ਚ ਤਾਂ ਬਣਨੀ ਤਾਂ ਹੈ ਨਹੀਂ ਸੀ ਚੱਜਣਾ, ਅਤੇ ਅਸੀਂ ਲੋਕਾਂ ਦੀਆਂ ਦੇਖੀ ਭੈਣ ਬੜੀ ਸੋਹਣੀਆਂ ਸੋਹਣੀਆਂ ਬਣੀਆਂ ਹੁੰਦੀਆਂ, ਅਤੇ ਅਸੀਂ ਮੈਂ ਇੱਕ ਪਹਿਲੀ ਟਰਾਈ ਜੀ ਕੀਤੀ ਨਾ ਬਣਾਉਣ ਦੀ, ਉਹ ਇੱਕ ਨਵੀਂ ਸਾਊਂਡ ਜੀ ਚੱਲੀ ਚੁਟਕੀਆਂ ਵਾਲੀ, ਉਦੋਂ ਮੈਂ ਬਣਾਈ ਪਹਿਲਾਂ, ਮੈਂ ਕਿਹਾ ਯਾਰ ਜਜੀ ਜੀ ਨਹੀਂ ਗੱਲਬਾਤ ਮੈਨੂੰ, ਫਿਰ ਮੈਂ ਚੱਲ 5-6 ਮਹੀਨੇ ਰੁਕ ਕੇ ਨਾ, ਮੈਂ ਚੱਲ ਯਾਰ ਮੈਂ ਫਿਰ ਨਾ ਮੈਂ ਜਿਦਿਆਂ ਥੋੜ੍ਹਾ ਘਰਦਿਆਂ ਤੋਂ ਕਿ ਮੈਨੂੰ ਫੋਨ ਲੈ ਕੇ ਦਿਓ ਲੈਣਾ, ਅਤੇ ਫਿਰ ਆਪਾਂ ਘਰਦਿਆਂ ਤੋਂ ਨਵਾਂ ਫੋਨ ਲਿੱਤਾ, ਫਿਰ ਮੈਨੂੰ ਲੈ ਕੇ ਦਿੱਤਾ ਉਹਨਾਂ ਨੇ 7 ਪਲੱਸ, ਪਹਿਲਾਂ ਜਦੋਂ ਆਪ ਨਹੀਂ ਕਮਾਉਂਦੇ ਸੀ ਆਪ ਕੁਛ ਵੀ ਨਾ, ਘਰਦਿਆਂ ਦੇ ਮੰਗਦਾ ਬੰਦਾ, ਫਿਰ ਉਹਨਾਂ ਨੇ ਮੈਨੂੰ ਲੈ ਕੇ ਦਿੱਤਾ 7 ਪਲੱਸ, ਫਿਰ ਮੈਂ ਸ਼ੁਰੂ ਕੀਤੀ, ਫਿਰ ਮੈਂ ਇੰਸਟਾਗ੍ਰਾਮ, ਫਿਰ ਦੂਜਾ ਮੈਂ ਪਹਿਲਾਂ ਮੈਂ ਟਿਕਟੋਕ ਡਾਊਨਲੋਡ ਕੀਤਾ, ਫਿਰ ਮੈਂ ਟਿਕਟੋਕ ਵਗੈਰਾ 'ਤੇ ਵੀਡੀਓ ਨੋਰਮਲ ਪਾਈ, ਮੇਰੀ ਚੌਥੀ ਕਰੇ ਮੇਰੀ 5ਵੀਂ ਵੀਡੀਓ ਮੇਰੀ ਵਾਇਰਲ ਹੋ ਗਈ ਸੀ ਮੇਰੇ ਹਿਸਾਬ ਨਾਲ, 2-3 ਲੱਖ ਵਿਊ ਸੀ ਮੇਰੇ ਹਿਸਾਬ ਨਾਲ ਉਹਦੇ, ਮੈਨੂੰ ਬੜਾ, ਮੈਨੂੰ ਐਂ ਹੁੰਦਾ ਸੀਗਾ ਕਿ ਹਾਏ ਮੈਂ ਬੜਾ ਮਸ਼ਹੂਰ ਹੋ ਗਿਆ ਮੈਂ, ਅਤੇ ਉਸ ਤੋਂ ਬਾਅਦ ਫਿਰ ਮੈਂ ਹੌਲੀ ਹੌਲੀ ਕਰਕੇ ਫਿਰ ਚਲੋ ਟਿਕਟੋਕ ਤਾਂ ਚਲੋ ਬਣਦੀਆਂ ਗਈਆਂ ਆਪਣੇ ਭਰਾਵਾਂ ਦੇ ਸਾਥ ਦੇ ਨਾਲ ਸਾਰਾ ਹੁੰਦਾ, ਮੈਂ ਇਕੱਲਾ ਤਾਂ ਚਲੋ ਖੈਰ ਬੰਦਾ ਕੁਛ ਨਹੀਂ ਹੁੰਦਾ, ਅੱਜ ਦੀ ਡੇਟ 'ਚ ਵੀ ਮੈਂ ਜੋ ਹੈਗਾ ਵਾ, ਜਿੰਨਾ ਵੀ ਮਾੜਾ ਮੋਟਾ ਪਰਮਾਤਮਾ ਨੇ ਨਾਂ ਦਿੱਤਾ ਵਾ ਭਰਾਵਾਂ ਕਰਕੇ, ਸਾਰਾ ਫੈਮਿਲੀ ਕਰਕੇ, ਅਤੇ ਬਾਈ ਦੀ ਸਾਥ ਦੇਣ ਭਰਾ ਮੇਰੇ, ਇੱਦਾਂ ਹੀ ਸਾਥ ਦੇਣ ਅਤੇ ਵਧੀਆ ਇੱਦੀ ਰੱਬ ਤਰੱਕੀਆਂ ਵੀ ਥੋੜ੍ਹੀਆਂ। ਜੀ ਜੀ ਬਿਲਕੁਲ ਬਾਈ, ਤੁਸੀਂ ਸਾਥ ਦੀ ਗੱਲ ਕਰੀ ਹੈ, ਬਿਲਕੁਲ, ਅਤੇ ਇੱਕ ਥੋੜ੍ਹਾ ਜਿਹਾ ਵਿੱਚ ਇਹਨੂੰ ਵਕਤ ਥੋੜ੍ਹਾ ਤੁਹਾਡੇ ਪਰ ਟੇਢਾ ਆਇਆ ਸੀਗਾ, ਹਾਂਜੀ, ਵੈਸੇ ਉਸ ਬਾਰੇ ਗੱਲ ਕਰਨੀ ਨਹੀਂ ਸੀ ਚਲੋ, ਪਰ ਸਾਥ ਤੋਂ ਗੱਲ ਨਿਕਲੇ, ਹਾਂਜੀ, ਅਤੇ ਉਹ ਟੇਢੇ ਵਕਤ ਦੇ ਵਿੱਚ ਕਿਸੇ ਨੇ ਸਾਥ ਛੱਡਿਆ ਹੋਵੇ ਕਿ ਇਸ਼ਾਨ ਨਹੀਂ ਯਾਰ ਹੁਣ ਤੇਰੇ ਨਾਲ ਖੜ੍ਹਦੇ ਸੀ, ਤੇਰੀ ਇਮੇਜ ਖਰਾਬ ਹੋ ਗਈ? ਇੱਕ ਹੀ ਟਾਈਮ 'ਤੇ ਨਾ ਬਾਈ ਦੋ ਤਿੰਨ ਆਫਤਾਂ ਇੱਦਾਂ ਦੀਆਂ ਆ ਗਈਆਂ ਨਾ ਬਾਈ ਮੇਰੀ, ਇੱਕ ਤਾਂ ਬਾਈ ਮੇਰੀ ਜਿਹੜੀ ਗ੍ਰੈਂਡ ਮਦਰ ਸੀਗੀ ਬਾਈ ਉਹਨਾਂ ਦੀ ਡੈਥ ਹੋ ਗਈ,
ਚਿੱਕੜ ਛਾਲਣਾ ਪੈਂਦਾ ਹੁੰਦਾ ਨਾ, ਕੋਈ ਚੱਕਰ ਨਹੀਂ ਆਪਾਂ ਹੱਸ ਕੇ ਝੇਲੀ ਦਾ ਵਾ ਆਪਣੇ ਭਰਾਵਾਂ ਕਰਕੇ ਆਪਣੇ ਘਰਦਿਆਂ ਕਰਕੇ ਨਾ। ਉਹ ਬਾਈ ਮਾੜਾ ਟਾਈਮ ਇੰਨਾ ਕੁ ਸੀਗਾ ਨਾ ਮੇਰੇ 'ਤੇ, ਮਤਲਬ ਕਿ ਮੈਨੂੰ ਇਹ ਸੀ ਚੱਲ ਯਾਰ ਇੱਡਾ ਕਿ ਰੱਬਾ ਮਾੜਾ ਕਰਤਾ ਨਾ, ਮੈਂ ਕੀ ਚੱਲ ਇੱਦਾਂ ਉਹ ਲੱਭਿਆ। ਪਰ ਬਾਕੀ ਮੇਰੇ ਭਰਾਵਾਂ ਨੇ ਮੈਂ ਲੱਗਦਾ ਹੀ ਸਾਥ ਛੱਡੂਗੇ, ਮੇਰੇ ਘਰਦੇ ਮੇਰਾ ਫੈਮਿਲੀ ਮੇਰਾ ਸਾਥ ਛੱਡੂਗੀ, ਬਟ ਕਿਸੇ ਨੇ ਵੀ ਮੇਰਾ ਸਾਥ ਨਹੀਂ ਛੱਡਿਆ। ਸਾਰੇ ਮੇਰੇ ਵੀਰ ਭਰਾਵਾਂ ਨੇ ਇਹੀ ਕਿਹਾ ਕਿ ਸ਼ੇਰਾ ਤੂੰ ਉੱਠ ਚੱਲ ਕਿਤੇ ਨਹੀਂ, ਜਿੰਮ ਜੁੰਮ ਸਟਾਰਟ ਕਰਾਇਆ ਉਹਨਾਂ ਨੇ ਫੇਰ ਦੁਬਾਰ ਤੋਂ ਮੇਰਾ, ਉੱਥੇ ਹੀ ਆਉਣ ਵਾਲੀ ਥਾਂ 'ਤੇ ਦੁਬਾਰਾ ਤੋਂ ਆ ਗਏ ਆਪਾਂ, ਕਿਤੇ ਨਹੀਂ ਕੋਈ ਐਡਾ ਚੱਕਰ ਨਹੀਂ ਹੁੰਦਾ। ਬਸ ਇਹੀ ਕਹਿਣਾ ਚਾਹੁੰਦਾ ਕਿ ਜਿਹੜੇ ਮੇਰੇ ਵੀਰ ਭਰਾ ਸੁਣਦੇ ਪਏ ਆ ਬੈਠੇ ਆ, ਮਾੜਾ ਟਾਈਮ ਆਉਂਦਾ ਵਾ ਨਿਕਲ ਜਾਂਦਾ, ਬਾਕੀ ਜੇ ਵੀਰ ਭਰਾ ਨਾਲ ਖੜਨ ਵਾਲੇ ਹੋਣ ਤਾਂ ਪਤਾ ਨਹੀਂ ਲੱਗਦਾ, ਮਾੜਾ ਟਾਈਮ ਵੀ ਨਹੀਂ ਪਤਾ ਲੱਗਣ ਦਿੰਦੇ ਵੀਰ ਭਰਾ। ਸਭ ਤੋਂ ਪਹਿਲਾਂ ਕਿਹਦਾ ਫੋਨ ਆਇਆ ਕਿ ਬਾਈ ਕੀ ਹੋਇਆ ਬਾਈ ਕੋਈ ਚੱਕਰ ਤਾਂ ਦੱਸ ਅਸੀਂ ਖੜੇ ਹਾਂ ਤੇਰੇ ਨਾਲ? ਬਾਈ ਮੇਰੇ ਨਾ ਸਰਕਲ ਰੱਬ ਦੀ ਦਿਆ ਨਾ ਬਾਈ, ਉਮਰ ਬਹੁਤ ਛੋਟੀ ਹਲੇ, ਬਟ 2-3 ਸਾਲ ਪਹਿਲਾਂ ਤੁਸੀਂ ਬਾਹਰ ਨਿਕਲਣਾ ਘਰੋਂ ਸ਼ੁਰੂ ਕਰਤਾ, ਅਤੇ ਰੱਬ ਦੀ ਦਿਆ ਨਾ ਬਹੁਤ ਭਰਾ ਨਾਲ ਜੁੜ ਗਿਆ ਅੱਜ ਦੀ ਡੇਟ 'ਚ। ਬਟ ਜਿਹੜੇ ਮੇਰੇ ਦਿਲੋਂ ਭਰਾ, ਜਿਹਨਾਂ ਨੂੰ ਮਤਲਬ ਕਹਿੰਦਾ ਕਿ ਚਲੋ ਦਿਲੋਂ ਭਰਾ ਤਾਂ ਆਪਾਂ, ਅਤੇ ਜਿਹਨਾਂ ਆਪਾਂ ਬਹਿ ਗਏ ਤੁਸੀਂ ਬਹਿ ਗਏ ਨਾ, ਤੁਸੀਂ ਵੀ ਦਿਲੋਂ ਭਰਾ ਹੋ, ਠੀਕ ਹੈ ਨਾ, ਕੋਈ ਮਾੜਾ ਨਹੀਂ ਸੋਚਾਂਗੇ ਆਪਾਂ ਤੁਹਾਡਾ। ਅਤੇ ਬਾਕੀ ਰਹੀ ਗੱਲ ਜਿਹੜਾ ਕਿ ਬੰਦਾ ਰੋਜ਼ ਤੁਹਾਡਾ ਬਹਿੰਦਾ ਉੱਠਦਾ, ਜਿਹਨਾਂ ਆਪਾਂ ਇੱਕ ਥਾਲੀ 'ਚ ਰੋਜ਼ ਖਾਂਦੇ ਹਾਂ, ਉਹ ਬਾਈ ਮੇਰੇ 2-3 ਯਾਰ ਦੋਸਤ ਇੱਦਾਂ ਦੇ, ਉਹਨਾਂ ਵਿੱਚੋਂ ਇੱਕ ਆ ਮੇਰਾ ਭਰਾ ਹੈਰੀ ਸੈਣੀ ਨਾਮ ਹੈ ਉਹਦਾ, ਅਤੇ ਸੈਣੀ ਸਾਹਿਬ ਜਿੱਦਾਂ ਮਤਲਬ ਉਹਨੂੰ ਕਹਿੰਦੇ ਸਾਰੇ ਸੋਸ਼ਲ ਮੀਡੀਆ 'ਤੇ ਆਈ ਡੀ ਉਹਦੀ ਸੈਣੀ ਸਾਹਿਬ ਆ, ਉਹਨਾਂ ਮੇਰਾ ਬਹੁਤ ਪਿਆਰਾ ਦਿਨ ਉਹ ਬਈ ਮੇਰੇ, ਮਤਲਬ ਮੇਰੀ ਫੈਮਿਲੀ ਮੈਨੂੰ ਕਿਤੇ ਪਹਿਲਾਂ ਬਾਹਰ ਨਹੀਂ ਜਾਣ ਦਿੰਦੀ ਹੁੰਦੀ, ਚਾਚਾ ਨਾ ਕਿ ਤੂੰ ਇਕੱਲਾ ਨਹੀਂ ਜਾਣਾ, ਇੱਕ ਘਰ ਦੇ ਸਾਰੇ ਡਰਦੇ ਹੁੰਦੇ ਆ ਕਿ ਯਾਰ ਮੁੰਡਾ ਮੈਂ ਇਕੱਲਾ ਨਹੀਂ ਭੇਜਣ ਵਾਲੇ ਛੋਟਾ ਵਾ, ਹਾਲੇ ਇਕੱਲਾ ਗੱਡੀ 'ਤੇ ਕਿ ਨਹੀਂ ਤੋਰਨਾ, ਮਾਹੌਲ ਇੱਦਾਂ ਦਾ ਬਈ, ਪੰਜਾਬ ਦਾ ਮਾਹੌਲ ਬਹੁਤ ਬਈ ਤੌਬਾ ਬਣ ਚੁੱਕਾ ਅੱਜ ਦੀ ਰੇਟ 'ਚ ਜਿੱਦਾਂ ਸਾਰਿਆਂ ਨੂੰ ਪਤਾ ਹੀ ਆ। ਅਤੇ ਉਹਦੇ ਨਾਲ ਜਦੋਂ ਮੈਂ ਘੁੰਮਣਾ ਸ਼ੁਰੂ ਕੀਤਾ ਆਪਣਾ ਪਿਆਰ, ਮੇਰਾ ਪਿਆਰ ਬਈ ਉਹ ਤੋਂ 6-7 ਸਾਲ ਪਹਿਲਾਂ ਦਾ ਵਾ, ਬਟ 2-3 ਸਾਲ ਹੋ ਗਏ ਆਪਾਂ ਘੁੰਮਣਾ ਵਧੀਆ ਤਰੀਕੇ ਨਾਲ ਸ਼ੁਰੂ ਕੀਤਾ, ਸਾਡਾ ਕਦੀ ਪੈਸੇ ਕਰਕੇ ਕਦੀ ਫਿੱਕ ਨਹੀਂ ਪਿਆ, ਜਾਂ ਕਦੀ ਸਾਡੀ ਕਦੀ ਲੜਾਈ ਹੋਈ ਹੋਵੇ ਕੋਈ ਪੈਸੇ ਕਰਕੇ ਹੋਈ ਹੋਵੇ, ਕਦੀ ਵੀ ਨਹੀਂ ਇੱਦਾਂ ਦਾ ਹੋਇਆ। ਅਤੇ ਸਾਡੀ ਲੜਾਈ ਕਿਉਂ ਹੁੰਦੀ ਆ, ਤੂੰ ਅੱਜ ਫੋਨ ਨਹੀਂ ਕੀਤਾ ਮੈਨੂੰ, ਤੂੰ ਅੱਜ ਮੈਨੂੰ, ਤੂੰ ਮੈਨੂੰ ਉੱਥੇ ਦੱਸ ਕੇ ਨਹੀਂ ਗਿਆ ਕਿੱਥੇ ਗਿਆ ਸੀ, ਕਿੰਨਾ ਗਿਆ ਸੀ, ਕਿੰਨਾ ਪੁੱਠਾ ਕੰਮ ਤਾਂ ਨਹੀਂ ਕਿਉਂ ਕੀਤਾ। ਇਹ ਬਈ ਯਾਰੀ ਹੁੰਦੀ ਆ, ਯਾਰੀ ਹੁੰਦੀ ਜਿਹੜਾ ਕਿ ਭਰਾ ਮੇਰਾ ਸੈਣੀ ਸਾਹਿਬ ਜਿਹੜਾ ਕਹਿੰਦਾ ਮੈਂ, ਬਸ ਇੱਦਾਂ ਬਈ 1-2 ਜਾਣੇ ਮੈਂ ਕਹਿੰਦਾ, ਹੋਰ 4-5 ਆਪਣੇ ਭਰਾ ਹੋਰ ਆ। ਚਲੋ ਅੱਛਾ ਬਾਈ, ਕਦੇ ਸਿਮਸ ਵੱਲੋਂ ਵੀ ਹੋਇਆ ਕਿ ਤੂੰ ਯਾਰਾਂ ਦੋਸਤਾਂ ਨਾਲ ਬਹੁਤਾ ਘੁੰਮਦਾ? ਨਹੀਂ ਨਹੀਂ ਬਾਈ, ਕਦੀ ਨਹੀਂ। ਮੈਂ ਕਹਿੰਦਾ ਪਿੱਠ ਸੁਣਦੀ ਕੁੜੀ ਦੀ ਬਾਈ, ਕਦੀ ਵੀ ਨਹੀਂ। ਰੱਬ ਦੀ ਦਿਆ ਨਾ ਮੈਂ ਕਹਿੰਦਾ ਜਿੰਨੇ ਵੀ ਮੁੰਡੇ ਹੈਗੇ ਆ ਦੁਨੀਆਂ 'ਤੇ, ਸਭ ਨੂੰ ਇੱਦਾਂ ਦੀ ਘਰ ਵਾਲੀ ਮਿਲੇ, ਜਾਂ ਫਿਰ ਇੱਦਾਂ ਦੀ ਇੱਕ ਫਿਊਂਸੇ, ਜਾਂ ਫਿਰ ਜਿਹਨੂੰ ਪਿਆਰ ਕਰਦੇ ਅਗਲੇ, ਉਹੀ ਸੋਚ ਕੁੜੀਆਂ ਦੀ ਮੈਂ ਕਹਿੰਦਾ ਮੈਂਟੈਲਿਟੀ ਉੱਦਾਂ ਦੀ ਰਹੇ ਬਈ, ਇੰਨਾ ਸਾਥ ਮੈਨੂੰ ਲੱਗਦਾ ਨਹੀਂ ਕੋਈ ਦੇ ਸਕਦਾ, ਕੋਈ ਵੀ ਨਹੀਂ ਮੈਨੂੰ ਲੱਗਦਾ ਇੰਨਾ ਸਾਥ ਦੇ ਸਕਦਾ ਕਿ ਮੈਂ ਜਿੱਥੇ ਵੀ ਜਾਵਾਂ ਬਈ ਆਪਣੇ ਯਾਰਾਂ ਨਾਲ ਹੋਵਾਂ, ਭਾਵੇਂ ਜਿੱਥੇ ਮਰਜ਼ੀ ਹੋ, ਮੈਨੂੰ ਬਈ ਫੋਨ ਕਾਲ ਨਹੀਂ ਆਉਂਦੀ, ਇੱਥੇ ਬੈਠਾ ਮੇਰਾ ਫੋਨ ਇੱਥੇ ਪਿਆ ਬਈ, ਇੱਕ ਫੋਨ ਕਾਲ ਨਹੀਂ ਆਊਗੀ ਹਾਲੇ ਤੱਕ, ਜਦੋਂ ਤੱਕ ਉਹਨੂੰ ਦੱਸਦਾ ਨਹੀਂ ਕਿ ਮੈਂ ਫ੍ਰੀ ਹੋ ਚੁੱਕਾ। ਉਹਨੂੰ ਪਤਾ ਕਿ ਜਿਹੜੀ ਚੀਜ਼ ਹੈ ਨਾ ਕਿ ਚੱਲ ਜੇ ਮੈਂ ਫ੍ਰੀ ਹੋਊਂਗਾ ਮੈਂ ਆਪ ਹੀ ਉਹਨੂੰ ਮੈਸੇਜ ਕਰ ਦੇਣਾ, ਕਦੀ ਕੋਈ ਬਰਡਨ ਨਹੀਂ ਪਈ ਮੇਰੇ ਦਿਮਾਗ 'ਤੇ ਨਾ ਕਿ ਤੁਸੀਂ ਕਿੱਥੇ ਹੋ, ਕਿੰਨਾ ਹੋ, ਕੀ ਕਰਦੇ ਹੋ, ਕਦੀ ਨਹੀਂ ਕੁਛ ਇੱਦਾਂ ਦਾ ਸਿਸਟਮ। ਬਾਕੀ ਜਦੋਂ ਫ੍ਰੀ ਹੁੰਦੇ ਆਪਾਂ ਆਪ ਹੀ ਮੈਸੇਜ ਕਰਕੇ ਦੱਸ ਦਿੰਦਾ, ਮੈਂ ਥੋੜ੍ਹਾ ਹੋਰ ਹਿਸਾਬ ਦਾ ਵਾਂ, ਮੈਂ ਜਦੋਂ ਮਰਜ਼ੀ ਫੋਨ ਲਾ ਲੈਂਦਾ ਮੁੰਡੇ ਦਾ, ਤੁਹਾਨੂੰ ਪਤਾ ਨਾ। ਬਿਲਕੁਲ ਬਿਲਕੁਲ, ਸੋ ਉਹਦਾ ਬਹੁਤ ਬਹੁਤ ਜ਼ਿਆਦਾ ਸ਼ਾਂਤ ਸੁਭਾਅ ਦੀ ਉਹ, ਮੈਂ ਥੋੜ੍ਹਾ ਤੱਤਾ ਹੋ ਜਾਂਦਾ ਕਿਤੇ ਕਿਤੇ। ਬਾਈ ਤੁਸੀਂ ਕੀ ਐਡਵਾਈਸ ਦੇਣਾ ਚਾਹੋਗੇ ਜਿਹੜੇ ਰਿਲੇਸ਼ਨ 'ਚ ਆਉਂਦੇ ਨੇ, ਜਿੱਥੋਂ ਤੁਸੀਂ ਵੀ ਹੁਣ ਤੱਕ ਕਾਫੀ ਅਪ ਐਂਡ ਡਾਊਨਸ ਦੇਖ ਲਏ ਨੇ, ਹਾਂਜੀ, ਅਤੇ ਕੀ ਐਡਵਾਈਸ ਦੇਣਾ ਚਾਹੋਗੇ ਵੀ ਜਿਹੜੇ ਨਵੇਂ ਨਵੇਂ ਰਿਲੇਸ਼ਨ 'ਚ ਆਉਂਦੇ ਨੇ, ਫਿਰ ਜਿਹਨਾਂ ਦਾ ਲੰਬਾ ਚੱਲਦਾ ਹੈ? ਬਈ ਚਲੋ ਰਿਲੇਸ਼ਨ ਤਾਂ ਅੱਜ ਕੱਲ੍ਹ ਮੇਰੇ ਹਿਸਾਬ ਨਾਲ, ਉਮਰ ਤਾਂ ਚਲੋ ਅੱਜ ਕੱਲ੍ਹ ਕਹਿੰਦੇ ਕਿ ਉਮਰ ਛੋਟੀ ਵੱਡੀ ਦਾ ਚਲੋ ਕੁਛ ਨਹੀਂ ਹੁੰਦਾ ਬੱਚਿਆਂ ਨੂੰ, ਹੁਣ ਬੱਚਾ ਵੀ ਬੰਦਾ ਪਿਆਰ ਕਰ ਲੈਂਦਾ, ਬੱਚਾ ਵੀ ਜਿਹੜਾ ਛੋਟਾ ਬੱਚਾ ਵੀ ਹੁੰਦਾ ਉਹਨੂੰ ਵੀ ਪਿਆਰ ਹੋ ਜਾਂਦਾ, ਭਾਵੇਂ ਆਪਣੀ ਮਾਂ ਨਾ ਹੋਵੇ, ਭਾਵੇਂ ਆਪਣੇ ਪੇ ਨਾ ਹੋਵੇ, ਭਾਵੇਂ ਜਿੰਨਾ ਮਰਜ਼ੀ ਹੋਵੇ ਪਿਆਰ ਹੋ ਜਾਂਦਾ ਬੰਦੇ ਨੂੰ ਜੀ। ਬਟ ਜਿਹੜੇ ਪਿਆਰਾਂ 'ਚ ਪੈ ਜਾਂਦੇ ਆ ਉਹਨਾਂ, ਥੋੜ੍ਹੀ ਇਹੀ ਐਡਵਾਈਸ ਆ ਮਤਲਬ ਕਿ ਜਿਹੜੇ ਅੱਜ ਕੱਲ੍ਹ ਦੇ ਜਿਹੜੇ ਪਿਆਰ ਚੱਲੇ ਨਵੇਂ, ਕਿ ਤੂੰ ਫੋਨ ਨਹੀਂ ਕੀਤਾ, ਤੂੰ ਮੈਨੂੰ ਮੈਸੇਜ ਨਹੀਂ ਕੀਤਾ, ਤੂੰ ਮੈਨੂੰ ਫੋਲੋ ਨਹੀਂ ਕੀਤਾ, ਜਾਂ ਫਿਰ ਕੁਛ ਵੀ ਇੱਦਾਂ ਦੇ ਸਿਸਟਮ, ਇਹਨਾਂ ਚੀਜ਼ਾਂ ਨੂੰ ਦੂਰ ਰਹੋ। ਸੋਸ਼ਲ ਮੀਡੀਆ ਅੱਜ ਆਇਆ ਬਈ, ਉਹ ਤੋਂ ਪਹਿਲਾਂ ਵੀ ਪਿਆਰ ਹੁੰਦੀ, ਉਹ ਤੋਂ ਪਹਿਲਾਂ ਚਿੱਠੀਆਂ ਹੁੰਦੀਆਂ ਸੀ, ਫੋਨ ਕਾਲ ਨਹੀਂ ਹੁੰਦੀ ਉਸ ਵੇਲੇ ਵੀ, ਲੋਕ ਉਸ ਵੇਲੇ ਬੜੇ ਬੜੇ ਪੈਸੇ ਲਾ ਕੇ ਜਿਹਨਾਂ ਤੋਂ ਪੈਸੇ ਹੁੰਦੇ ਸੀ ਉਹ ਫੋਨ ਕਾਲ ਉਦੋਂ ਕਰਨ ਜਾਂਦੇ ਹੁੰਦੇ ਸੀ, ਹੈ ਨਾ ਜੀ। ਅਤੇ ਅਸੀਂ ਸੁਣੀ ਦੀਆਂ ਘਰਦਿਆਂ ਤੋਂ ਗੱਲਾਂ ਵੀ ਕਿ ਪਹਿਲਾਂ ਕੀ ਹੁੰਦਾ ਸੀਗਾ, ਅੱਜ ਦੇ ਟਾਈਮ 'ਚ ਤਾਂ ਚਲੋ ਗੱਲਾਂ ਹੀ ਨਹੀਂ ਰਹੀਆਂ, ਜਿਹੜਾ ਮਰਜ਼ੀ ਉਹਨੂੰ ਮਰਜ਼ੀ ਮੈਸੇਜ ਕਰ ਸਕਦਾ ਜਿਹੜਾ ਮਰਜ਼ੀ ਨੂੰ। ਸੋ ਇਹਨਾਂ ਚੀਜ਼ਾਂ ਤੋਂ ਦੂਰ ਰਹੋ, ਫੋਨ ਕਾਲਸ ਵਗੈਰਾ ਤੋਂ ਦੂਰ ਰਹੋ, ਜਾਂ ਫਿਰ ਸੋਸ਼ਲ ਮੀਡੀਆ ਵਗੈਰਾ ਤੋਂ ਫੋਲੋ ਨਹੀਂ ਕੀਤਾ, ਮੈਸੇਜ ਨਹੀਂ ਕੀਤਾ, ਇਹਨਾਂ ਚੀਜ਼ਾਂ ਤੋਂ ਦੂਰ ਹੋ ਕੇ ਨਾ ਨਿੱਜੀ ਜ਼ਿੰਦਗੀ ਵਿੱਚ ਆਓ ਥੋੜ੍ਹਾ ਜਿਹਾ। ਚਲੋ ਸਾਡਾ ਕੰਮ ਆ ਹੁਣ ਬਈ ਇਹਨਾਂ ਕਰਕੇ, ਬਸ ਸਾਡਾ ਹੁਣ ਬਈ ਸਾਡੀ ਦੁਕਾਨ ਹੈ ਇਹ, ਸਾਡੀ ਦੁਕਾਨ ਹੈ ਇਹ, ਹੁਣ ਸਾਨੂੰ ਪੈਸੇ ਆਉਂਦੇ ਇਹਦੇ ਥਰੂ ਆਉਂਦੇ, ਸਾਨੂੰ ਜੋ ਵੀ ਆਉਂਦਾ ਸਾਨੂੰ ਇਹਦੇ ਥਰੂ ਆਉਂਦਾ ਹੁਣ, ਅਤੇ ਅਸੀਂ ਰਿਸਪੈਕਟ ਕਰਦੇ ਇਸ ਚੀਜ਼ ਦੀ ਜੀ, ਠੀਕ ਹੈ ਨਾ। ਸਾਨੂੰ ਇਸ ਚੀਜ਼ 'ਤੇ ਆਉਣਾ ਪੈਣਾ, ਸਾਨੂੰ ਸੋਸ਼ਲ ਮੀਡੀਆ 'ਤੇ
ਉਹ ਚੀਜ਼ ਤੋਂ ਥੋੜ੍ਹਾ ਜਿਹਾ ਬਾਹਰ ਨਿਕਲ ਕੇ ਆਪਣੀ ਜ਼ਿੰਦਗੀ ਵਿੱਚ ਆਓ, ਆਪਣੀ ਫੈਮਿਲੀ ਨੂੰ ਟਾਈਮ ਦਿਓ, ਆਪਣੇ ਯਾਰਾਂ ਦੋਸਤਾਂ ਨੂੰ ਟਾਈਮ ਦਿਓ, ਕਿ ਤੁਹਾਨੂੰ ਦੁਨੀਆਂ ਦੇ ਬਾਰੇ ਵਿਚਰਨ ਦਾ ਮੌਕਾ ਮਿਲੇ ਕਿ ਕੀ ਚੱਲ ਰਿਹਾ ਦੁਨੀਆਂ 'ਚ। ਜੀ ਬਾਈ, ਸਪੋਰਟਸ ਖੇਡਦੇ ਰਹਿੰਦੇ ਹੋ ਕਦੇ? ਬਾਈ ਮੈਂ ਖੇਡਿਆ ਬਾਈ, ਪਹਿਲਾਂ ਮੈਂ ਕ੍ਰਿਕਟ ਬਹੁਤ ਖੇਡਿਆ ਮੈਂ ਜੀ, ਮੈਂ ਮਤਲਬ ਛੱਡਿਆ, ਮੈਂ ਪਲੱਸ ਵਨ 'ਚ ਹੁੰਦਾ ਸੀਗਾ ਉਸ ਵੇਲੇ ਛੱਡਤਾ ਬਾਈ, ਮੈਂ ਮੇਰੇ ਮੈਂ ਮੈਂ ਸਕੂਲੇ ਭੰਗੜਾ ਪਾਇਆ ਸੀਗਾ, ਮੈਂ ਭੰਗੜੇ ਦੀ ਟੀਮ 'ਚ ਹੁੰਦਾ ਸੀ ਬਾਈ ਸਕੂਲੇ, ਅਤੇ ਮੈਂ ਉਸ ਵੇਲੇ ਫਿਰ ਬਾਈ ਮੇਰੀ ਕ੍ਰਿਕਟ ਜਮ੍ਹਾਂ ਹੀ ਛੱਡ ਹੋ ਗਈ ਬਾਈ, ਮੈਂ ਸਟੇਟ ਖੇਡਿਆ ਹਾਂ। ਮੈਂ ਮਤਲਬ ਮੈਂ 16 ਸਾਲ ਦਾ ਹੁੰਦਾ ਸੀ, ਮੈਂ 15-16 ਸਾਲ ਦਾ ਹੁੰਦਾ ਜਦੋਂ ਮੈਂ ਅੰਡਰ 19 ਸਟੇਟ ਖੇਡਿਆ ਸੀਗਾ ਪਲੇਇੰਗ 11 'ਚ ਜੀ। ਹੁਣ ਤਾਂ ਚਲੋ ਬਾਬੇ ਨੇ ਕਿੱਧਰ ਨੂੰ ਪਾ ਦਿੱਤਾ, ਹੁਣ ਪਤਾ ਨਹੀਂ ਲੱਗਿਆ, ਪਹਿਲਾਂ ਗੇਮ ਤਾਂ ਬਥੇਰੀ ਕੀਤੀ ਬਾਈ ਮੈਂ, ਮੈਂ ਸਕੇਟਿੰਗ ਵੀ ਬਹੁਤ ਕੀਤੀ ਆ, ਮੈਂ ਟੇਬਲ ਟੈਨਿਸ ਖੇਡਿਆ ਬਾਈ ਬਹੁਤ, ਮੈਂ ਬਾਸਕਟਬਾਲ ਵੀ ਖੇਡਿਆ ਬਾਈ, ਮੈਂ ਕ੍ਰਿਕਟ ਵੀ ਖੇਡਿਆ ਮੈਂ, ਬਟ ਮੇਰਾ ਜ਼ਿਆਦਾ ਮੇਰਾ ਫੋਕਸ ਹੁੰਦਾ ਕ੍ਰਿਕਟ 'ਤੇ ਜੀ। ਮੇਰੇ ਹਲੇ ਵੀ ਮੇਰਾ ਕੀੜਾ ਕਿਤੇ ਕਿਤੇ ਜ਼ਿਆਦਾ ਆਉਂਦਾ ਕਿ ਯਾਰ ਖੇਡਣ ਚੱਲੀਏ ਕਿਤੇ, ਫਿਰ ਥੋੜ੍ਹਾ ਬੰਦਾ ਕਹਿੰਦਾ ਕਿ ਚੱਲ ਨਹੀਂ ਯਾਰ, ਹੁਣ ਉੱਠ ਨਹੀਂ ਹੁੰਦਾ ਕਿਸੇ ਵੇਲੇ, ਬੰਦਾ ਘੋਲ ਮਾਰ ਜਾਂਦਾ ਉੱਠਣ ਲੱਗੇ ਵੀ, ਟਾਈਮ ਬਦਲ ਜਾਂਦਾ ਬਾਈ। ਅੱਜ ਕੱਲ੍ਹ ਗਰਾਊਂਡ ਖਾਲੀ ਪਏ ਸਾਰੇ, ਹਾਂਜੀ ਅੱਜ ਕੱਲ੍ਹ ਬਾਈ ਗਰਾਊਂਡ ਖਾਲੀ ਪਏ ਆ, ਅਤੇ ਗਰਾਊਂਡ 'ਚ ਵੀ ਜਾ ਕੇ ਦੇਖੋਗੇ ਬੱਚੇ ਬੱਚੇ ਦੇ ਹੱਥ 'ਚ ਫੋਨ ਆ, ਟਾਈਮ ਬਦਲ ਦਿੰਦਾ ਬਾਈ, ਟਾਈਮ ਬਦਲ ਜਾਂਦਾ ਬੜੀ ਛੇਤੀ ਬਦਲਿਆ ਟਾਈਮ ਵਾਲਾ। ਬਿਲਕੁਲ ਬਾਈ ਜੀ, ਹੁਣ ਵਿਆਹਾਂ ਦਾ ਸੀਜ਼ਨ ਪੂਰਾ ਜ਼ੋਰਾਂ 'ਤੇ ਹੈ, ਹਾਂਜੀ ਆਪਣਾ ਕਦੋਂ ਹੋ ਰਿਹਾ? ਆਪਣਾ ਬਾਈ ਥੋੜ੍ਹਾ ਹੈ ਟਾਈਮ ਹਲੇ, ਹਾਂਜੀ ਹਲੇ ਥੋੜ੍ਹਾ ਜਿਹਾ ਰੁਕ ਕੇ ਕਰਾਵਾਂਗੇ ਵਿਆਹ ਤਾਂ ਹਲੇ ਕੋਈ ਸੀਨ ਨਹੀਂ। ਕੀ ਚੱਕਰ ਕੀ ਹੈ ਰੁਕਣਾ, ਮਤਲਬ ਕੀ ਇਹੋ ਜਿਹਾ ਕੀ ਬਾਈ? ਰੁਕਣਾ ਥੋੜ੍ਹਾ ਜਿਹਾ ਬੰਦਾ, ਹੁਣ ਚਲੋ ਇੱਕ ਤਾਂ ਉਮਰ ਹੈ ਨਹੀਂ ਹਲੇ ਬਾਈ ਉਹ ਜੀ, ਹਲੇ ਫਿਰ ਬਸ ਸਹੀ ਆ, ਆਪਾਂ ਇੰਗੇਜਮੈਂਟ ਕਰਾਈ ਹੋਈ ਹੈ, ਸਾਨੂੰ ਪਤਾ ਮੇਰਾ ਵਿਆਹ ਉੱਥੇ ਹੀ ਹੋਣਾ, ਠੀਕ ਹੈ ਨਾ, ਵਿਆਹ ਤਾਂ ਉੱਥੇ ਹੀ ਹੋਣਾ ਪਤਾ। ਬਸ ਇੱਕ ਬੰਦਾ ਕਹਿੰਦਾ ਯਾਰ ਕਿ ਥੋੜ੍ਹਾ ਆਪਣੇ ਪੈਰਾਂ 'ਤੇ ਹੋਰ ਥੋੜ੍ਹਾ ਵਧੀਆ ਸਟੈਂਡ ਹੋ ਜਾਈਏ ਕਿ ਆਪਾਂ ਆਪਣੇ ਸਿਰੋਂ ਸਾਰਾ ਕੁਛ ਕਰ ਸਕੀਏ, ਹੈ ਨਾ, ਕਿ ਘਰਦਿਆਂ ਨੂੰ ਨਾ ਲੋੜ ਪਵੇ ਕੁਛ ਵੀ, ਟੈਨਸ਼ਨ ਲੈਣ ਦੀ, ਬੱਚਾ ਥੋੜ੍ਹਾ ਹੋਰ ਸਟੈਂਡ ਹੋ ਜਾਵੇ, ਘਰਦਿਆਂ ਦੇ ਦਿਮਾਗ 'ਚ ਇਹ ਹੋਣਾ ਚਾਹੀਦਾ, ਸੋ ਆਪਾਂ ਘਰਦਿਆਂ ਨੂੰ ਕੋਈ ਤੰਗੀ ਨਹੀਂ ਦੇਣੀ ਹਲੇ ਜੀ, ਆਪ ਥੋੜ੍ਹਾ ਜਿਹਾ ਵਧੀਆ ਕੰਮ ਥੋੜ੍ਹੇ ਜਿਹੇ ਤੁਹਾਡੇ ਵਰਗੇ ਭਰਾ ਨਾਲ ਜੁੜੇ ਰਹਿਣ, ਬਸ ਵਧੀਆ ਹੋਰ ਹੋ ਜਾਵੇ ਅਤੇ ਫੇਰ ਕਰਾਵਾਂਗੇ ਬਾਈ ਵਿਆਹ। ਬਾਈ ਇੱਕ ਸਵਾਲ ਹੈ ਸਾਰਿਆਂ ਦਿਲਾਂ 'ਚ ਖਟਕਦਾ ਹੈ, ਬਿਲਕੁਲ, ਕਿ ਜਦੋਂ ਆਪਾਂ ਕਹਿੰਦੇ ਹਾਂ ਕਿ ਪਿਆਰ ਨੂੰ ਹਮੇਸ਼ਾ ਛੁਪਾ ਕੇ ਰੱਖਣਾ ਚਾਹੀਦਾ, ਹਾਂਜੀ, ਅਤੇ ਜਦੋਂ ਆਪਾਂ ਇੱਦਾਂ ਓਪਨਲੀ ਦੱਸਦੇ ਹਾਂ, ਤੁਹਾਨੂੰ ਕਦੇ ਡਰ ਨਹੀਂ ਲੱਗਿਆ ਯਾਰ ਕਿਸੇ ਦੀ ਨਜ਼ਰ ਲੱਗ ਜੂਗੀ ਵੀ ਯਾਰ ਕੋਈ ਪੁੱਛਣਾ ਲੱਗੇ ਤੁਸੀਂ ਮਿਲੇ ਕਿੱਥੇ? ਬਾਈ ਮੇਰੀ ਜ਼ਿੰਦਗੀ 'ਚ ਨਾ ਭੈੜੀ ਇਹ ਹੈ, ਸਾਡੀ ਨਜ਼ਰ ਬਹੁਤ ਛੇਤੀ ਲੱਗੀ ਹੈ ਮੈਨੂੰ, ਮੈਨੂੰ ਨਾ ਕਹਿ ਲਓ ਜਦੋਂ ਕੋਈ ਮੈਨੂੰ ਕੋਈ ਕਹਿ ਦਿੰਦਾ ਨਾ ਇਹਦਾ ਨਾ ਤੂੰ ਮੂੰਹ ਤੇਰਾ ਬੜਾ ਸਾਫ਼ ਜਿਹਾ ਹੋਇਆ ਵਾ, ਮੇਰੇ ਦੂਏ ਦਿਨ ਫੈਂਸੀ ਨਿਕਲ ਜਾਂਦੀ ਬਾਈ ਮੂੰਹ 'ਤੇ, ਨਜ਼ਰਾਂ ਦਾ ਹੀ ਬਾਈ ਸਾਰਾ ਖੇਡ ਆ। ਹੁਣ ਚਲੋ ਪਹਿਲੇ ਤੋਂ ਹੀ ਆਪਾਂ ਕਹਿ ਲਓ ਕਿ ਮਤਲਬ ਜਿਹੜੀ ਸਿੰਮੂ ਸੀਗੀ ਨਾ, ਸਿੰਮੂ ਤੋਂ ਹੁਣ ਪਹਿਲਾਂ ਉਹ ਵੀ ਟਿਕਟੋਕ ਚਲਾਉਂਦੀ ਸੀ, ਹੁਣ ਮੈਂ ਵੀ ਟਿਕਟੋਕ ਚਲਾਉਂਦਾ ਸੀ, ਇੰਸਟਾਗ੍ਰਾਮ ਚਲਾਉਂਦਾ ਸੀ, ਕੁਛ ਵੀ ਕਹਿ ਸਕਦੇ, ਸੋਸ਼ਲ ਮੀਡੀਆ 'ਤੇ ਆਪਾਂ ਐਕਟਿਵ ਸੀਗੇ ਉਸ ਵੇਲੇ ਜਦੋਂ ਆਪਾਂ ਰਿਲੇਸ਼ਨ 'ਚ ਆਏ, ਹੈ ਨਾ। ਫਿਰ ਕਹਿਣ ਦਾ ਮਤਲਬ ਇਹ ਆ, ਮੈਂ ਉੱਥੇ ਕੋਈ ਬੰਦਿਸ਼ ਨਹੀਂ ਲਾਉਣੀ ਸੀ ਕਿ ਤੂੰ ਨਾ ਚਲਾ, ਨਾ ਉਹ ਮੇਰੇ 'ਤੇ ਬੰਦਿਸ਼ ਲਾਉਣੀ ਚਾਹੁੰਦੀ ਸੀ ਨਾ, ਸੋ ਆਪਾਂ ਕਹਿੰਦੇ ਕਿ ਕੋਈ ਚੱਕਰ ਨਹੀਂ, ਤੂੰ ਵੀ ਹੁਣ ਇੱਕ ਕੰਮ ਕਰਦੀ ਵੀ ਕੋਈ ਚੱਕਰ ਨਹੀਂ ਕਰੀ, ਚੱਲ ਮੈਂ ਵੀ ਕਰਦਾ ਪਿਆ, ਹੈ ਨਾ। ਹੁਣ ਜੇ ਆਪਾਂ ਰੋਕਾਂਗੇ ਉਸ ਚੀਜ਼ ਨੂੰ ਕਿ ਤੂੰ ਨਹੀਂ ਕਰਨਾ ਹੈ ਕੰਮ, ਕਿਤੇ ਨਾ ਕਿਤੇ ਦਿਮਾਗ 'ਚ ਖਟਕੋ ਯਾਰ ਮੈਨੂੰ ਕੋਈ ਰੋਕਦਾ ਪਿਆ, ਆਪ ਤਾਂ ਇਹ ਇੰਸਟਾਗ੍ਰਾਮ ਚਲਾਉਂਦਾ, ਹੈ ਨਾ, ਆਪ ਇਹ ਸਾਰੇ ਕੰਮ ਕਰਦਾ, ਮੈਨੂੰ ਕੋਈ ਰੋਕਦਾ? ਬਿਲਕੁਲ। ਫਿਰ ਆਪਾਂ ਕਿਉਂ ਕੁੜੀ ਨੂੰ ਰੋਕੀਏ ਬਾਈ? ਜੀ ਬਿਲਕੁਲ, ਜੇ ਆਪਾਂ ਆਪ ਇਹ ਚੀਜ਼ ਕਰ ਰਹੇ ਹਾਂ ਤਾਂ ਫਿਰ ਆਪਾਂ ਕੁੜੀ ਨੂੰ ਵੀ ਨਹੀਂ ਰੋਕ ਸਕਦੇ ਬਾਈ। ਜੀ, ਅੰਡਰਸਟੈਂਡਿੰਗ ਜ਼ਰੂਰੀ। ਮੇਰੇ ਦਿਮਾਗ 'ਚ ਬਾਈ ਇਹੀ ਹੈ ਕਿ ਜਿਹੜੇ ਮੁੰਡੇ ਮੇਰੇ ਵੀਰ ਭਰਾ ਹੈਗੇ ਵੀ ਇਹ ਜਿਹੜੇ ਦਿਮਾਗ 'ਚ ਹੈਗਾ ਕਿ ਆਪਾਂ ਰਿਲੇਸ਼ਨ ਨੂੰ ਹਾਈਡ ਰੱਖੋ, ਵਧੀਆ ਚੀਜ਼ ਆ, ਬਟ ਜੇ ਤਾਂ ਹੁਣ ਪਹਿਲਾਂ ਹੀ ਓਪਨ ਆ ਉਹ ਫਿਰ ਆਪਾਂ ਉਹ ਚੀਜ਼ ਨੂੰ ਆਪਾਂ ਲੁਕੋ ਨਹੀਂ ਸਕਦੇ ਹਾਂ, ਕਹਿ ਲਓ, ਹੈ ਨਾ, ਫਿਰ ਲੁਕੋ ਹੀ ਨਹੀਂ ਸਕਦੇ ਆਪਾਂ ਜਦੋਂ ਨਜ਼ਰਾਂ ਤਾਂ ਲੋਕਾਂ ਦੀਆਂ ਬਾਈ, ਇਹ ਬਾਈ ਰੱਬ ਦੇ ਖੇਡ ਆ। ਹੁਣ ਮੈਂ ਕਹਿੰਦਾ ਇੱਦਾਂ ਹੀ ਆ, ਜੋ ਰੱਬ ਨੇ ਕਰਨਾ ਬਾਈ ਉਹ ਕਰ ਹੀ ਦੇਣਾ, ਕਰ ਹੀ ਦੇਣਾ। ਇੱਕ ਨਾ ਬਾਈ ਜੀ ਵੈਬ ਸੀਰੀਜ਼ ਵਿੱਚ ਇਹਨੂੰ ਚਰਚਾ ਛੱਡੀ ਹੈ ਕਿ ਆ ਰਹੀ ਹੈ? ਹਾਂਜੀ 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 ਵੀਰ, ਉਹ ਆ ਰਹੀ ਹੈ, ਜ਼ਰੂਰ ਆ ਰਹੀ ਹੈ ਬਾਈ, ਜ਼ਰੂਰ ਆਊਗੀ। ਉਹ ਥੋੜ੍ਹੇ ਕੰਮ ਜਿਹੇ ਵਿੱਚੋਂ ਫਸੀ ਜਾਂਦੇ, ਬਸ ਉਹ ਵਿੱਚੋਂ ਕਈ ਥੋੜ੍ਹੇ ਜਿਹੇ ਕਰੈਕਟਰ ਰਹਿੰਦੇ ਆ, ਕਈਆਂ ਦੀ ਡਬਿੰਗ ਹੋਣੀ ਰਹਿੰਦੀ ਹੈ ਜੀ, ਉਹ ਥੋੜ੍ਹੇ ਥੋੜ੍ਹੇ ਨਿੱਕੇ ਨਿੱਕੇ ਜਿਹੇ ਕੰਮ ਬਚੇ ਰਹਿੰਦੇ ਆ, ਬਾਕੀ ਮੈਂ ਨਹੀਂ ਹੈਗਾ ਵੈਬ ਸੀਰੀਜ਼। ਤੇ ਬਾਈ ਜੀ ਹੋਰ ਅੱਗੇ ਆਪਣੇ ਗੀਤ ਕਿਹੜੇ ਕਿਹੜੇ ਲਾਈਨ ਆਪਣੇ ਗੀਤ ਵੀਰੇ ਆ ਰਹੇ ਆ? ਥੋੜ੍ਹੀ ਜਿਹੀਆਂ ਇਹ ਕੁਛ ਕਿੱਦਾਂ ਦੇ ਬੰਦਿਆਂ ਨਾਲ ਵੀ ਆ ਰਹੇ ਆ ਜਿਹੜੇ ਤੁਹਾਨੂੰ ਦੇਖ ਕੇ ਵਧੀਆ ਲੱਗੂਗਾ ਕਿ ਹਨਾ ਕਿ ਨਾਮੀ ਬੰਦੇ ਆ ਕੁਛ ਕੁ, ਤੇ ਬਾਕੀ ਤੁਹਾਡੇ ਭਰਾ ਦੇ ਇਕੱਲੇ ਦੇ ਵੀ ਆ ਰਹੇ ਆ, ਤੇ ਬਾਕੀ ਆ ਰਹੇ ਜਲਦੀ ਆ ਰਹੇ ਬਾਈ। ਹੁਣ ਪਹਿਲਾਂ ਇੱਕ ਗਾਣਾ ਕੀਤਾ ਸੀ ਮੈਂ ਇਗਨੋਰ ਕੀਤਾ ਸੀਗਾ, ਸਭ ਨੇ ਰੀਲਾਂ 'ਤੇ ਵੀ ਬਹੁਤ ਪਿਆਰ ਦਿੱਤਾ ਬਾਈ, ਹੁਣ ਯੂਟਿਊਬ 'ਤੇ ਵੀ ਬਹੁਤ ਪਿਆਰ ਦਿੱਤਾ, ਚਲੋ ਮਤਲਬ ਜੋ ਮੈਂ ਸੋਚਿਆ ਸੀ ਉਹਦੇ ਨਾਲ ਬਹੁਤ ਵੱਧ ਕੇ ਪਿਆਰ ਦਿੱਤਾ, ਸੋ ਮੈਂ ਹੁਣ ਇਹੀ ਟਰਾਈ ਕਰੂੰਗਾ ਕਿ ਉਹ ਤੋਂ ਵਧੀਆ ਟਰਾਈ ਕਰੂੰਗਾ ਜਾਂ ਫਿਰ ਉਹਦੇ ਲੈਵਲ ਜਿੰਨਾ ਹੀ ਹੋ ਜਾਵੇ, ਚਲੋ ਬਾਬਾ ਕਿਰਪਾ ਰੱਖੇ ਇੰਨੀ ਕੁ ਥੋੜ੍ਹੀ ਜਿਹੀ ਆਪਣੇ ਹੋ ਜਾਵੇ, ਬਾਕੀ ਲਿਖ ਸਕੀਏ ਉਹਨਾਂ ਕੋ ਉਹਨਾਂ ਕੋ ਜੋਗਾ। ਜੀ ਜੀ ਬਾਈ, ਫਿਰ ਜਦੋਂ ਟਿਕਟੋਕ ਆਈ, ਹਾਂਜੀ, ਇਸ਼ਾਨ ਕਿੱਥੋਂ ਉੱਠ ਕੇ ਚੰਡੀਗੜ੍ਹ ਆਉਂਦਾ ਹੈ? ਬਾਈ ਫਗਵਾੜਾ ਆਪਣਾ ਬਾਈ ਇਹ ਪੈਂਦਾ ਬਾਈ ਆਪਣੇ ਦੁਆਬੇ 'ਚ ਪੈਂਦਾ ਫਗਵਾੜਾ, ਅਤੇ ਛੋਟਾ ਜਿਹਾ ਸ਼ਹਿਰ ਆ ਬਾਈ ਆਪਣਾ,
ਇੱਧਰ ਛੋਟਾ ਜਿਹਾ ਸ਼ਹਿਰ ਆ, ਸਾਰੇ ਸਾਡੇ ਭਰਾ ਭੈਣ ਜਿਹੜੇ ਵੀ ਆ ਸਾਰੇ ਉੱਥੇ, ਸਭ ਨੂੰ ਇੱਕ ਦੂਜੇ ਨੂੰ ਜਾਣਦੇ ਆ, ਸਾਨੂੰ ਨਿੱਕੀ ਨਿੱਕੀ ਗੱਲ ਦਾ ਪਤਾ ਲੱਗ ਜਾਂਦਾ ਬੜੀ ਛੇਤੀ, ਉੱਥੋਂ ਉੱਠ ਕੇ ਆਉਂਦਾ ਜੀ, ਉੱਥੋਂ ਉੱਠ ਕੇ ਆਉਂਦਾ ਜੀ ਸ਼ਾਨਮੁਕਾ, ਛੋਟਾ ਜਿਹਾ ਸ਼ਹਿਰ ਸੀਗਾ ਉਹ, ਜਿੰਨਾ ਮੈਨੂੰ ਬਹੁਤ ਪਿਆਰ ਆ ਬਾਈ, ਮੈਂ ਕਹਿੰਦਾ ਮਰਦੇ ਦਮ ਤੱਕ ਜਿੱਥੇ ਮਰਜ਼ੀ ਬਹਿ ਜਾਈਏ ਦੁਨੀਆਂ ਤੋਂ, ਮੈਂ ਕਹਿੰਦਾ ਜਿੱਥੇ ਮਰਜ਼ੀ ਲੈ ਜਾਵੇ, ਮੈਂ ਕਹਿੰਦਾ ਸਾਨੂੰ ਪਰਮਾਤਮਾ, ਪਰ ਸਾਨੂੰ ਉਹ ਸ਼ਹਿਰ ਨਹੀਂ ਭੁੱਲਣਾ ਜਿੱਥੋਂ ਅਸੀਂ ਵੱਡੇ ਹੋਏ ਹਾਂ ਜੀ, ਜਿੱਥੋਂ ਅਸੀਂ ਸਾਰਾ ਕੁਝ ਸ਼ੁਰੂ ਕੀਤਾ ਹੈ। ਉਦੋਂ ਜਦੋਂ ਟਿਕਟੋਕ ਆਈ ਤੁਸੀਂ ਜਦੋਂ ਜਹਿਦ ਕਰ ਸੀ ਜੀਓਨੀ ਦੇ ਫੋਨ ਦੇ ਨਾਲ, ਹਾਂਜੀ ਉਦੋਂ ਕਿੰਨੀ ਕੁ ਉਮਰ ਸੀ ਆਪਾਂ, ਕਿਹੜੀ ਕਲਾਸ 'ਚ ਸੀਗੇ ਬਾਈ? ਮੈਂ ਸੀਗਾ ਉਸ ਵੇਲੇ, ਮੈਂ ਨੌਵੀਂ ਖਰੇ ਦਸਵੀਂ 'ਚ ਸੀਗਾ। ਅੱਛਾ, ਨੌਵੀਂ ਕਿ ਦਸਵੀਂ 'ਚ ਸੀਗਾ ਮੈਂ। ਹਾਂ ਮੇਰੀ ਉਮਰ ਬਾਈ ਬਾਹਲੀ ਨਹੀਂ ਹੈਗੀ, ਮੇਰੀ ਉਮਰ ਦੱਸਣੀ ਨਹੀਂ ਚਾਹੁੰਦਾ ਇੱਥੇ, ਕਾਫੀਆਂ ਦੇ ਦਿਲ ਟੁੱਟ ਜਾਣਗੇ। ਹਾਂ ਨਹੀਂ ਨਹੀਂ ਉਹ ਬਾਈ ਦਿਲ ਤਾਂ ਚਲੋ ਕੋਈ ਚੱਕਰ ਨਹੀਂ ਆ, ਦਿਲ ਬਾਈ ਟੁੱਟੇ ਰਹਿਣ ਲੋਕਾਂ ਦੇ, ਮੈਨੂੰ ਕੋਈ ਚੱਕਰ ਹੀ ਨਹੀਂ ਹੈਗੇ ਦਿਲਾਂ ਦੀ ਬਾਈ, ਟੈਨਸ਼ਨ ਹੀ ਨਹੀਂ ਲਈ ਦੀ ਹੁਣ ਆਪਾਂ। ਲੋਕ ਬਾਈ ਜੇ ਆਪਾਂ ਮਾੜਾ ਕਰਾਂਗੇ ਲੋਕਾਂ ਨੇ ਮਾੜਾ ਕਹਿਣਾ, ਜੇ ਆਪਾਂ ਵਧੀਆ ਕੁਛ ਕਰਾਂਗੇ ਲੋਕਾਂ ਨੇ ਉਹ 'ਚ ਵੀ ਸਾਡੇ ਗਲਤੀ ਲੱਭਦੇ ਨਹੀਂ ਕੋਈ ਨਾ ਕੋਈ। ਬਾਈ ਲੋਕ ਕਿਉਂ ਇੱਦਾਂ ਕਰਦੇ ਨੇ ਬਾਈ? ਲੋਕ ਹੁਣ ਜਿਹੜੇ ਤਾਂ ਬੈਠੇ ਘਰੇ ਰਜਾਈਆਂ 'ਚ, ਹੁਣ ਵਿਹਲੇ ਬੈਠੇ ਕੀ ਕਰਨ, ਕਿਹੜੇ ਕੰਧਾਂ 'ਚ ਮੱਥੇ ਮਾਰਨ ਵਾਲੇ। ਹੁਣ ਅਗਲੇ ਕਹਿੰਦੇ ਜਿਹੜੇ ਹੁਣ ਵਧੀਆ ਚੱਲੀ ਜਾਂਦੇ ਉਹਨਾਂ ਨੂੰ ਗਲਤ ਕਮੈਂਟ ਤਾਂ ਕਰੀਏ ਕਿਤੇ, ਆਪਾਂ ਗਾਲਾਂ ਲਿਖੀਆਂ ਉਹਨਾਂ ਨੂੰ ਗੰਦੀਆਂ ਗੰਦੀਆਂ, ਕਿੱਦਾਂ ਚੱਲੀ ਜਾਂਦੇ ਆ, ਬਿਲਕੁਲ ਕਿੱਦਾਂ ਚੱਲੀ ਹੁਣ ਘਰੇ ਵਿਹਲੇ ਬੈਠੇ ਅਗਲੇ, ਹੁਣ ਇਹੀ ਆ ਬਾਈ ਉਹਨਾਂ ਦੇ ਦਿਲਾਂ 'ਚ ਤਾਂ ਕਿ ਇਹਨਾਂ ਨੂੰ ਸੁੱਟੀਏ ਜੀ ਬਾਈ, ਐਂ ਤਾਂ ਸੈੱਟ ਹੋਣ ਲੱਗ ਪਏ ਤਾਂ ਫਿਰ ਸਾਰੇ ਡਿੱਗੇ ਹੋਣੇ ਯਾਰ ਬਾਈ। ਰੋਸਟਰਸ ਕਾਫੀ ਇਨਫਲੂਐਂਸਰਾਂ ਨੂੰ, ਤੁਹਾਨੂੰ ਹੀ ਨਹੀਂ ਕਿਸੇ ਨੂੰ ਵੀ ਚੱਕ ਲੈਂਦੇ ਨੇ, ਯੂਟਿਊਬ 'ਤੇ ਦੇਖ ਲਓ ਭਾਵੇਂ, ਇੰਸਟਾਗ੍ਰਾਮ 'ਤੇ ਦੇਖ ਲਓ ਭਾਵੇਂ, ਫੇਸਬੁੱਕ 'ਤੇ ਦੇਖ ਲਓ, ਹਾਂਜੀ ਉਹ ਮਤਲਬ ਜਿਹੜਾ ਰਾਈਟ ਟੂ ਸਪੀਚ ਆਪਣੇ ਕੋਲ ਹੱਕ ਹੈ, ਕਈ ਵਾਰ ਉਹਦਾ ਨਜਾਇਜ਼ ਹੀ ਜ਼ਿਆਦਾ ਹੀ ਹੱਕ ਨੂੰ ਆਪਣੇ ਨੂੰ ਵਰਤ ਜਾਂਦੇ ਨੇ, ਉਹਨਾਂ ਬਾਰੇ ਤੁਸੀਂ ਕੀ ਖਿਆਲ ਰੱਖਦੇ ਹੋ? ਬਾਈ ਮੈਂ ਬਸ ਇਹੀ ਕਹਿੰਦਾ ਵਾ, ਐਕਸਪ੍ਰੈਸ਼ਨ ਤਾਂ ਮਾੜਾ ਮੋਟੇ ਹੋ ਰਿਹਾ, ਬੈਠੇ ਆਪਾਂ ਚਲੋ ਵਧੀਆ ਤਰੀਕੇ ਨਾਲ ਆਪਣੇ ਸਾਰੇ ਪਰਿਵਾਰ ਵਾਲੇ ਦੇਖਦੇ ਹੋਣੇ ਆ, ਮਾੜਾ ਚੰਗਾ ਕੁਛ ਨਹੀਂ, ਬਸ ਇੱਕ ਇਹੀ ਬਾਈ ਇੱਕ ਗੀਤ ਆਇਆ ਸੀਗਾ ਅਤੇ ਆਪਣੇ ਬਾਈ ਦਾ, ਮੂਸੇ ਵਾਲੇ ਬਾਈ ਦਾ ਗੀਤ ਆਇਆ ਸੀਗਾ ਇੱਕ, ਕਹਿੰਦੇ ਬੱਲੀਏ ਜਹਾਨ ਉੱਤੇ ਬੜੇ ਲੋਕਾਂ ਦੀ, ਸਾਡੀ ਬਦਨਾਮੀ ਸਿਰ ਰੋਟੀ ਚੱਲਦੀ, ਬਾਈ ਨੇ ਗੱਲ ਕਹੀ ਸੀਗੀ ਇਹ। ਸੋ ਬਾਈ ਉਹ ਜਿਹੜੇ ਗੀਤ ਆ ਨਾ, ਉਹ ਇੱਦਾਂ ਹੀ ਨਹੀਂ ਆਪਾਂ ਨਜਾਇਜ਼ ਆਪਾਂ ਕਿਸੇ ਨੂੰ ਆਪਾਂ ਇੱਧਰੋਂ ਸੁਣੇ ਅਤੇ ਇੱਧਰੋਂ ਕੱਢਤੇ, ਆਪਾਂ ਇੱਥੇ ਸੁਣੇ ਇੱਥੇ ਰੱਖੀ ਦੇ ਆ ਜੀ। ਸਾਡੀ ਬਦਨਾਮੀ ਸਿਰ ਜੇਕਰ ਰੋਟੀ ਖਾ ਰਿਹਾ ਨਾ ਬਾਈ, ਤਾਂ ਆਪਾਂ ਹੱਸ ਕੇ ਰੋਟੀ ਖਵਾਈ ਦੀ ਉਹਨਾਂ ਨੂੰ ਕਿ ਖਾ ਲਓ ਬਾਈ, ਕੋਈ ਚੱਕਰ ਨਹੀਂ ਆ, ਬਾਕੀ ਹੱਸਦੇ ਖੇਡਦੇ ਰਹਿਣ ਮੇਰੇ ਵੀਰ। ਮੈਂ ਕਹਿੰਦਾ ਸਾਰੇ ਕੋਈ ਮਾਂ ਦਾ ਪੁੱਤ ਆ ਉਹ ਵੀ, ਕੋਈ ਮਾੜਾ ਚੰਗਾ ਬਾਈ, ਮੇਰੀ ਆਦਤ ਤਾਂ ਹੈ ਨਹੀਂ ਕਿਸੇ ਨੂੰ ਮਾੜਾ ਚੰਗਾ ਕੁਛ ਕਹਾਂ, ਹੈ ਨਾ ਕਿ ਕੋਈ ਆਪਾਂ ਜੇ ਕੋਈ ਸਟੋਰੀਆਂ 'ਚ ਬਦਮਾਸ਼ੀਆਂ ਵੀ ਕਰਦਾ, ਜੇ ਕੋਈ ਵੀਡੀਓ 'ਚ ਬਦਮਾਸ਼ੀਆਂ, ਜੇ ਕੋਈ ਹੋਰ ਹਿਸਾਬ ਨਾਲ, ਜੇ ਕੋਈ ਯੂਟਿਊਬ 'ਤੇ ਕਰਦਾ ਆ, ਕਰੀ ਜਾਣ ਦਿਉ ਬਾਈ, ਟਾਈਮ ਅਗਲੇ ਦਾ ਟਾਈਮ ਆ, ਕੋਈ ਚੱਕਰ ਨਹੀਂ। ਮੈਂ ਕਹਿੰਦਾ ਅਸੀਂ ਮਾੜੇ ਹਾਂ ਬਾਈ। ਬਾਈ ਕਦੇ ਥਰੈਟ ਕਾਲ ਜਾਂ ਕੋਈ ਥਰੈਟ ਮੈਸੇਜ ਆਇਆ? ਨਾ ਨਾ ਬਾਈ, ਨਿਸ਼ਾਨ ਟਿਕ ਜਾ ਨਹੀਂ ਤਾਂ ਉਹ, ਨਾ ਬਾਈ ਇੰਨੇ ਯੋਗਾ ਹੈ ਨਹੀਂ ਕੋਈ ਅਲੇ ਨਾ। ਵੈਸੇ ਆਇਆ? ਨਾ ਨਾ ਬਾਈ, ਇੱਥਾਂ ਕਦੀ ਨਹੀਂ ਹੋਇਆ, ਭਰਾਵਾਂ ਦੀ ਦਇਆ ਆ, ਸਾਰੇ ਭਰਾਵਾਂ ਕਰਕੇ ਹੀ ਆ ਸਾਰੇ ਜੋ ਕੁਛ ਹੈਗਾ। ਮੈਂ ਕਹਿੰਦਾ ਇਕੱਲਾ ਤਾਂ ਕੁਛ ਵੀ ਨਹੀਂ ਹੈਗਾ, ਜੇ ਭਰਾ ਨਾ ਹੁੰਦੇ ਤਾਂ ਸ਼ਾਇਦ ਆ ਜਾਣ, ਸ਼ਾਇਦ ਆ ਜਾਂਦੇ ਹਲੇ ਤੱਕ ਜੀ। ਸੋ ਬਾਈ ਕੋਈ ਬੈਸਟ ਕੰਪਲੀਮੈਂਟ ਮੇਰੇ ਲਈ ਜਿਹੜਾ ਤੁਹਾਨੂੰ ਮਿਲਿਆ ਹੋਵੇ ਬਾਈ? ਹੁਣ ਐਂ ਤਾਂ ਚਲੋ ਐਂ ਦੱਸ ਦਿਓ ਵੀ ਅੱਜ ਰਿਟਰਨ ਗਿਫਟ ਕੀ ਮਿਲਿਆ। ਉਹ ਬਾਈ ਮੈਂ ਤਾਂ ਤੁਸੀਂ ਫੋਨ ਹੀ ਇਹਨੇ ਲਾ ਤੇ, ਮੈਂ ਤਾਂ ਕਾਲੀ ਕਾਲੀ 'ਚ ਆ ਗਿਆ ਬੜਾ ਉੱਠ ਕੇ, ਹਲੇ ਟਾਈਮ ਨਹੀਂ ਮਿਲਿਆ ਉਹਨਾਂ ਨੂੰ। ਅੱਛਾ ਹਾਂਜੀ, ਅੱਛਾ ਅਜੇ ਇਹ ਹੋਣਾ ਹੈ ਹਿਸਾਬ ਕਿਤਾਬ ਜਾ ਕੇ? ਹਾਂਜੀ 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 ਹਾਂਜੀ। ਕਦੇ ਐਂ ਵੀ ਲੜ ਲੁੜ ਵੀ ਪੈਂਦੇ ਹੋ ਵੀ ਯਾਰ ਵੀ ਆ ਬਾਈ? ਜਿੱਥੇ ਲੜਾਈ ਨਹੀਂ ਹੈਗੀ ਨਾ ਉੱਥੇ ਪਿਆਰ ਨਹੀਂ ਹੈਗਾ, ਮੇਰੇ ਮੰਨਣਾ ਇਹ ਆ ਕਿ ਜਿੱਥੇ ਆਪਾਂ ਪਿਆਰ ਕਰਦੇ ਨਾ ਬਾਈ, ਉੱਥੇ ਲੜਾਈ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਜੇ ਆਪਾਂ ਅੱਜ ਇਕੱਠੇ ਬੈਠੇ ਹਾਂ, ਮੰਨ ਲਓ ਆਪਾਂ ਰੋਜ਼ ਮਿਲਦੇ ਜੁਲਦੇ ਹਾਂ, ਆਪਾਂ ਰੋਜ਼ ਗੱਲ ਕਰਦੇ ਹਾਂ, ਸਾਡੀ ਕਿਸੇ ਨਾ ਕਿਸੇ ਇੱਕ ਦਿਨ ਜਾ ਕੇ ਸਾਨੂੰ ਹੋਏ ਨਾ, ਕੋਈ ਨਾ ਕੋਈ ਟੋਪਿਕ ਵੱਲੇ ਸਾਡੀ ਲੜਾਈ ਹੋ ਹੀ ਜਾਣੀ ਹੈ, ਛੋਟੀ ਜਿਹੀ ਮੈਟਰ ਵੱਲੇ, ਭਾਵੇਂ ਕੋਈ ਨਹੀਂ ਕਿ ਭਾਵੇਂ ਕੋਈ ਵੱਡੀ ਲੜਾਈ ਹੋਵੇ, ਭਾਵੇਂ ਕੋਈ ਛੋਟੀ ਲੜਾਈ ਹੋਵੇ, ਉਹ ਹੋਣੀ ਹੋਣੀ ਹੈ। ਬੜੇ ਸਾਡੇ 'ਤੇ ਅਸੀਂ ਉਹਨੂੰ ਸੋਲਵ ਕਰਦੇ ਹਾਂ ਕਿ ਅਸੀਂ ਆਪਣਾ ਪੈਰ ਪਿੱਛੇ ਪੱਟਦੇ ਹਾਂ, ਕਿ ਅਸੀਂ ਉਹਨੂੰ ਯਾਰੀ ਤੋੜਦੇ ਹਾਂ, ਕੀ ਕਰਦੇ ਹਾਂ ਸਾਡੇ 'ਤੇ ਵੀ। ਇਹ ਜਿਹੜੇ ਲੜਾਈ ਦੇ ਵਿੱਚ ਇੱਕ ਵਿਸ਼ਵਾਸ ਹੁੰਦਾ ਜੀ, ਪਿਆਰ ਦੇ ਵਿੱਚ ਵਿਸ਼ਵਾਸ ਹੁੰਦਾ ਕਿਸੇ ਵੀ ਰਿਲੇਸ਼ਨ 'ਚ, ਦੇਖ ਲਓ ਬਿਲਕੁਲ ਬਾਈ, ਪਰ ਕੀ ਲੜਾਈ ਦੇ ਨਾਲ ਉਹ ਕਿਤੇ ਨਾ ਕਿਤੇ ਕਮਜ਼ੋਰ ਨਹੀਂ ਹੁੰਦਾ? ਬਾਈ ਮੇਰਾ ਮੰਨਣਾ ਤਾਂ ਇਹ ਹੈ ਕਿ ਲੜਾਈ ਦੇ ਨਾਲ ਵਿਸ਼ਵਾਸ ਤਾਂ ਚਲੋ ਸਟਰੋਂਗ ਹੁੰਦਾ, ਮੇਰੇ ਹਿਸਾਬ ਨਾਲ ਤਾਂ ਵਿਸ਼ਵਾਸ ਹੋਰ ਸਟਰੋਂਗ ਹੁੰਦਾ ਵਾ ਕਿ ਯਾਰ ਦੇ ਦਿਓ ਮੈਨੂੰ ਮਨਾਉਂਦਾ ਕਿ ਨਹੀਂ ਮਨਾਉਂਦਾ। ਜੇ ਮਨਾਉਂਦਾ ਪਿਆ ਬੰਦਾ ਫਿਰ ਤਾਂ ਚੱਲ ਠੀਕ ਆ, ਵਧੀਆ ਗੱਲ ਹੈ। ਜੇ ਬੰਦਾ ਬੰਦੇ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਪਿਆ ਅਗਲੇ ਬੰਦੇ ਨੂੰ ਕਿ ਮੈਨੂੰ ਮਨਾ ਹੀ ਨਹੀਂ ਰਿਹਾ ਕੋਈ ਬੰਦਾ ਅਗਲਾ, ਫਿਰ ਬੰਦਾ ਕਿ ਫਿਰ ਬੰਦੇ ਦਾ ਵਿਸ਼ਵਾਸ ਟੁੱਟਦਾ ਕਿ ਖਰੇ ਨੂੰ ਕੋਈ ਫਰਕ ਹੀ ਨਹੀਂ ਪੈਂਦਾ। ਜੇ ਲੜਾਈਆਂ ਹੁੰਦੀਆਂ ਤਾਂ ਬੰਦੇ ਮਨਾਉਂਦੇ ਵੀ ਬਾਈ ਮੈਂ ਬਹੁਤ ਮਨਾਉਣਾ, ਮੈਂ ਉਹੀ ਪੁੱਛਣ ਲੱਗਿਆ ਸੀ ਕਿ ਮੁੰਡੇ ਦੀ ਡਿਊਟੀ ਮਨਾਉਣ ਤੇ ਹੁੰਦੀ ਬਾਈ ਮੈਂ ਬਹੁਤ ਮਨਾਉਣਾ। ਨਹੀਂ ਨਹੀਂ ਕਿਤੇ 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 ਕਹਿ ਸਕਦੇ ਆਪਾਂ, ਕਿਤੇ ਕਿਤੇ ਹੋ ਗਿਆ, ਕਿਤੇ ਸਾਲ ਚ ਕਦੀ ਹਰੀ, ਕਿਤੇ ਕਿਤੇ ਬਾਈ ਕੁੜੀਆਂ ਵੀ ਮਨਾ ਲੈਂਦੀਆਂ, ਬਣਾ ਲੈਂਦੀਆਂ ਨੇ। ਪਰ ਮੈਨੂੰ ਥੋੜ੍ਹਾ ਜ਼ਿਆਦਾ ਹੁੰਦਾ ਵਾ ਕਿ ਮੈਂ ਰੋਜ਼ ਬਾਹਰ ਨਿਕਲਣਾ ਹੁੰਦਾ, ਯਾਰਾਂ ਦੋਸਤਾਂ ਨੂੰ ਵਿਚਰਨਾ ਹੁੰਦਾ, ਰੋਜ਼ ਆਪਾਂ ਘੁੰਮਣਾ ਫਿਰਨਾ ਹੁੰਦਾ ਗੱਡੀਆਂ 'ਚ ਅਸੀਂ, ਅਤੇ ਸਾਨੂੰ ਬਾਹਰ ਜਾਣਾ ਪੈਂਦਾ ਵਾ, ਸਾਨੂੰ ਥੋੜ੍ਹੇ ਜ਼ਿਆਦਾ ਤਰਲੇ ਮਿਲਦਾ, ਥੋੜ੍ਹੇ ਜ਼ਿਆਦਾ
ਬਈ ਮੁੰਡੇ ਮਾੜੇ ਹੀ ਵੱਜਦੇ ਕਿਸੇ ਨਾ ਕਿਸੇ ਪਾਸੇ ਜੀ, ਮੁੰਡੇ ਮਾੜੇ ਵੱਜਦੇ ਹੀ ਵੱਜਦੇ ਬਈ, ਲੱਖ ਚੰਗਾ ਕਰ ਲਵੇ ਕੋਈ ਕੰਮ, ਮੁੰਡਾ ਆਪਣੀ ਫੈਮਿਲੀ 'ਚ ਵੀ ਮਾੜਾ ਵੱਜ ਸਕਦਾ ਹੈ, ਜੇ ਮੁੰਡਾ ਫੈਮਿਲੀ 'ਚ ਚੰਗਾ ਆ ਤਾਂ ਮੁੰਡਾ ਬਾਹਰੋਂ ਮਾੜਾ ਵੱਜਣਾ, ਜੇ ਬੰਦਾ ਬਾਹਰ ਚੰਗਾ ਆ ਤਾਂ ਬੰਦਾ ਫੈਮਿਲੀ 'ਚ ਮਾੜਾ ਵੱਜਣਾ, ਬੰਦਾ ਮਾੜਾ ਵੱਜਣਾ ਹੀ ਵੱਜਣਾ। ਇਹ ਗੱਲ ਨੂੰ ਸਿਮਸ ਵੀ ਸਮਝਦੀ ਹੈ ਬਈ, ਜਮਾਂ ਜੀ ਤਾਂ ਹੀ ਬੈਠੇ ਹਾਂ ਬਈ ਇੱਥੇ, ਗੱਡੀ ਚੱਲਦਾ ਰਹਿੰਦਾ ਹੋਵੇ ਬਈ, ਇੱਦਾਂ ਗੀਤ ਜਿਹੜਾ ਮੇਰਾ ਵੀਰ ਭਰਾ ਗੀਤ ਬਣਾਉਂਦਾ ਨਾ, ਪਹਿਲੀ ਗੱਲ ਤਾਂ ਹੈਡਸ ਆਫ ਆ ਬਈ, ਜਿਹੜੇ ਮੇਰੇ ਸਿੰਗਰ ਭਰਾ ਬੈਠੇ ਆ, ਜਿਹੜੇ ਮੇਰੇ ਰਾਈਟਰ ਭਰਾ ਬੈਠੇ, ਬਈ ਉਹ ਜੀ ਸੁਣ ਕੇ ਕਹਿ ਦੀਦਾ ਯਾਰ ਕੀ ਬਣਾਤਾ, ਬਥੇਰੇ ਲੋਕੀ ਆ ਜਿਹੜੇ ਘਰੇ ਬੈਠੇ, ਤੁਹਾਨੂੰ ਦੱਸਿਆ ਨਾ ਰਜਾਈਆਂ ਵਾਲੇ, ਜਿਹੜੇ ਰਜਾਈਆਂ ਵਾਲੇ ਹੁੰਦੇ ਨਾ, ਉਹ ਕਹਿ ਦਿੰਦੇ ਬਈ ਇਹ ਕੀ ਬਣਾਤਾ, ਸੁਣਨ ਗਾਣਾ ਕੱਢਤਾ, ਪਰ ਜਿਹਨੇ ਮਿਊਜ਼ਿਕ ਕੀਤਾ ਹੁੰਦਾ, ਜਿਹਨੇ ਲਿਖਿਆ ਹੁੰਦਾ, ਜਿਹਨੇ ਗਾਇਆ ਹੁੰਦਾ, ਬਈ ਉਹਨੂੰ ਪਤਾ ਹੁੰਦਾ ਮਿਹਨਤ ਕਿੰਨੀ ਲੱਗੀ ਗਾਣੇ, ਸਾਨੂੰ ਪਤਾ ਬਈ ਇਹ ਸਟੂਡੀਓ 'ਚ ਬੈਠੀ ਤਾਂ ਸਾਨੂੰ ਰਾਤ ਰਾਤ ਲੱਗ ਜਾਂਦੀ, ਸਾਡਾ ਗਾਣਾ ਨਹੀਂ ਬਣਦਾ ਹੁੰਦਾ ਸਾਡੇ ਤੋਂ, ਕਈ ਵਾਰੀ ਐਂ ਵੀ ਹੋ ਜਾਂਦਾ, ਅਤੇ ਕਈ ਵਾਰ ਸਾਡੀ ਬੀਟ ਨਹੀਂ ਮੈਚ ਕਰਦੀ ਹੁੰਦੀ ਲਿਰਿਕਸ ਨੂੰ, ਕਈ ਵਾਰ ਸਾਡੀ ਲਿਰਿਕਸ ਨਹੀਂ ਮੈਚ ਕਰਦੀ ਹੁੰਦੀ ਬੀਟ ਨੂੰ। ਹੈਡਸ ਆਫ ਆ ਬਾਕੀ ਜਿਹੜੇ ਮੇਰੇ ਵੀਰ ਭਰਾ ਇੰਡਸਟਰੀ ਵਾਲੇ ਬੈਠੇ ਆ, ਜਿਹੜੇ ਬਹੁਤ ਨਾਮੀ ਹੋ ਗਏ, ਉਹਨਾਂ ਨੇ ਤਾਂ ਬਈ ਮਿਹਨਤ ਇੱਥੋਂ ਉੱਠੇ ਆ ਜਿਹੜੇ ਸਾਰੇ ਮੇਰੇ ਵੀਰ ਭਰਾ ਹਨਾ, ਪਰ ਮੇਰਾ ਜੋ ਫੇਵਰੇਟ ਆ ਬਈ ਔਜਲਾ ਬਈ, ਮੇਰਾ ਫੇਵਰੇਟ ਜੋ ਮੇਰੇ ਦਿਲ ਦੇ ਬਹੁਤ ਕਰੀਬ ਆ ਔਜਲਾ ਬਈ ਹਨਾ, ਅਤੇ ਮੈਂ ਜਿਹੜੇ ਵੀ ਗਾਣੇ ਸੁਣਦਾ ਬਾਈ ਦੇ ਸੁਣਦਾ ਵਾਂ, ਮਤਲਬ ਮੈਨੂੰ ਇਹੀ ਹੁੰਦਾ ਕਿ ਬਾਈ ਮੈਂ ਗੱਡੀ 'ਚ ਬਹਿ ਜਾਊਂ, ਔਜਲਾ ਚੱਲੇ ਬਾ ਜਲਦੀ ਜਲਦੀ ਜੀ, ਬਾਈ ਜੋ ਲਿਖਦਾ ਬਾਈ ਨੂੰ ਨਾ ਲਿਖਣ ਦਾ ਤੱਤ ਬਹੁਤ ਆ ਜੀ, ਬਾਈ ਨੂੰ ਲਿਖਣ ਦਾ ਬਹੁਤ ਤੱਤ ਆ, ਸੋ ਮੈਨੂੰ ਬਾਈ ਨੂੰ ਸੁਣਨ ਦਾ ਬਹੁਤ ਜ਼ਿਆਦਾ ਸ਼ੌਂਕ ਆ, ਮੈਨੂੰ ਇਹ ਹੁੰਦਾ ਮੈਂ ਦੁਖੀਆਂ ਦਾ ਔਜਲਾ ਸੁਣਾ, ਖੁਸ਼ਾਂ ਦਾ ਔਜਲਾ ਸੁਣਾ, ਗੁੱਸੇ ਦਾ ਮੈਂ ਔਜਲਾ ਸੁਣਾ, ਔਜਲਾ। ਬਾਈ ਮੈਂ ਨਾ ਕੁਛ ਕੁ ਆਰਟਿਸਟਾਂ ਦੇ ਨਾਲ ਗੱਲਬਾਤ ਕਰੀ ਸੀ, ਹਾਂਜੀ, ਉਹਨਾਂ ਦੇ ਇੰਟਰਵਿਊ ਹੋਏ, ਮੈਂ ਉਹਨਾਂ ਨੂੰ ਇਹ ਸਵਾਲ ਪੁੱਛਿਆ ਸੀ, ਮੈਂ ਕਿਹਾ ਵੀ ਇੱਕ ਸਿੰਗਰ ਪੈਸੇ ਲਾਉਂਦਾ ਹੈ, ਗਾਣਾ ਬਣਾਉਂਦਾ ਹੈ, ਮਿਊਜ਼ਿਕ ਲੈਂਦਾ ਹੈ, ਉਹਦਾ ਲਿਰਿਕਸ ਲੈਂਦਾ ਹੈ, ਹੈਨਾ, ਡਮਿੰਗ ਕਰਾਉਂਦਾ ਹੈ, ਮਿਕਸਿੰਗ ਮਾਸਟਰਿੰਗ ਸਾਰਾ ਕੰਮ ਕਰਵਾਉਂਦਾ ਹੈ, ਅਤੇ ਐਟ ਦ ਐਂਡ ਉਹਨੂੰ ਰਿਲੀਜ਼ ਕਰਦਾ ਹੈ, ਅਤੇ ਰਿਲੀਜ਼ ਕਰਨ ਤੋਂ ਬਾਅਦ ਉਹਨੂੰ ਪ੍ਰਮੋਸ਼ਨ ਵਾਸਤੇ ਫਿਰ ਆਪਣੇ ਗਾਣੇ ਨੂੰ ਚਲਾਉਣ ਵਾਸਤੇ ਪੈਸੇ ਲਾਉਣੇ ਪੈਂਦੇ ਆ, ਉਹ ਵੀ ਕਿਹਨਾਂ ਕੋਲ? ਇਨਫਲੂਐਂਸਰ ਦੇ, ਇਨਫਲੂਐਂਸਰ ਕੋਲ। ਅਤੇ ਬਾਈ ਉਹੀ ਸਵਾਲ ਹੈ ਤੁਹਾਡੇ ਕੋਲ ਵੀ ਕਿ ਉਹ, ਫਿਰ ਮੈਨੂੰ ਬੰਦੇ ਨੇ ਜਵਾਬ ਦਿੱਤਾ, ਕਹਿੰਦੇ ਵੀ ਇਨਫਲੂਐਂਸਰ ਕਈ ਵਾਰੀ ਆਪਣੇ ਆਪ ਨੂੰ ਰੱਬ ਸਮਝ ਲੈਂਦੇ ਨੇ ਵੀ ਸਾਨੂੰ ਇੰਨੇ ਪੈਸੇ ਦਿਓ ਜਾਂ ਫਿਰ ਅਸੀਂ ਆਪਣੀਆਂ ਸ਼ਰਤਾਂ ਨਾਲ ਉਹਨੂੰ ਪ੍ਰਮੋਟ ਕਰਾਂ। ਹਾਂ ਬਿਲਕੁਲ। ਇਹ ਬਾਈ ਜੀ ਇਹ ਕੀ ਸਾਰਾ ਹਿਸਾਬ ਕਿਤਾਬ ਹੈ, ਤੁਸੀਂ ਜ਼ਰਾ ਦੱਸੋ ਪੱਖ ਆਪਣਾ। ਬਾਈ ਇਹ ਅੱਜ ਦੇ ਟਾਈਮ ਦੇ ਹਿਸਾਬ ਨਾਲ ਨਾ, ਚਲੋ ਬਾਈ ਮੈਂ ਕਹਿੰਦਾ ਮੇਰੇ ਤੁਸੀਂ ਨਾ ਫਗਵਾੜੇ 'ਚ ਜਾ ਕੇ ਪੁੱਛ ਲਓ, ਜਾਂ ਜੇ ਤੁਸੀਂ ਜੇ ਕੋਈ ਮੈਨੂੰ ਮੇਰਾ ਵੀਰ ਭਰਾ ਕੋਈ, ਅਤੇ ਮੰਨ ਲਓ ਜੇ ਕੋਈ ਮੈਨੂੰ ਨਹੀਂ ਕੋਈ ਜਾਣਦਾ, ਜੇ ਕੋਈ ਮੈਨੂੰ ਆ ਕੇ ਮਿਲਦਾ ਵੀ ਹੈ ਨਾ, ਤਾਂ ਮੈਨੂੰ ਪਤਾ ਮੈਂ ਉਹਨੂੰ ਕਿਸ ਹਿਸਾਬ ਨਾਲ ਮਿਲਦਾ, ਬਾਈ ਮੈਂ ਕੁਛ ਨਹੀਂ ਹੈਗਾ ਇਹ, ਪਰ ਰੱਬ ਨੇ ਪਤਾ ਨਹੀਂ ਕਿਉਂ ਇੱਥੇ ਬਿਠਾ ਕੇ ਇੰਟਰਵਿਊ ਬਾਈ ਮੇਰੇ ਤੋਂ ਲੈ ਰਿਹਾ, ਮੈਨੂੰ ਪਤਾ ਨਹੀਂ ਕਿਉਂ, ਮੈਂ ਕੁਛ ਨਹੀਂ ਹੈਗਾ ਫਿਲਹਾਲ ਇਸ ਵੇਲੇ, ਮੈਂ ਮਿਹਨਤ ਕਰ ਰਿਹਾ ਜੀ, ਮੈਂ ਮੇਰਾ ਫੀਲਡ ਆ, ਜੋ ਮੇਰਾ ਦਿਲੀ ਚਾਹ ਆ, ਜੋ ਮੇਰੀ ਸ਼ੁਰੂ ਤੋਂ ਮੈਨੂੰ ਇਹੀ ਆ ਕਿ ਮੈਂ ਗਾਣੇ ਲਿਖ ਕੇ ਗਾਣੇ ਕਰਾਂ, ਗਾਣੇ ਮੈਨੂੰ ਜ਼ਿਆਦਾ ਲਿਖਣ ਦਾ ਸ਼ੌਂਕ ਆ ਜੀ, ਲਿਖਣ ਦਾ ਸ਼ੌਂਕ ਹੈ ਨਾ, ਸੋ ਮੈਨੂੰ ਇਹ ਹੁੰਦਾ ਕਿ ਮੈਂ ਜਾਵਾਂ ਹੈ ਨਾ, ਕਿ ਮੈਂ ਕੋਈ ਗਾਣੇ ਲਿਖਾਂ ਤਾਂ ਮੈਂ ਇਸ ਲਾਈਨ ਦੇ ਵਿੱਚ ਜਾਵਾਂ ਹੈ ਨਾ, ਸੋ ਚਲੋ ਰੱਬ ਦੀ ਦਿਆ ਨਾਲ ਰੱਬ ਨੇ ਉੱਧਰੋਂ ਇਨਫਲੂਐਂਸਰ ਵੱਲੋਂ ਵੀ ਚੱਕਤਾ, ਬਟ ਅਸੀਂ ਕਦੀ ਐਡ ਹੀ ਨਹੀਂ ਬਾਈ ਕੀਤੀ, ਅਸੀਂ ਆਪਣੇ ਭਰਾਵਾਂ ਬੰਦੀ 'ਚ ਹਮੇਸ਼ਾ ਕੰਮ ਕੀਤਾ, ਜਿਹਨੇ ਕੰਮ ਵੀ ਕੀਤਾ ਨਾ, ਸੋ ਸਾਡੇ ਹੁਣ ਗਾਣੇ ਵੀ ਆਏ, ਅਸੀਂ ਫੀਚਰ ਵੀ ਕਰ ਰਹੇ, ਮੈਂ ਤੁਸੀਂ ਨੂੰ ਫੀਚਰ ਵੀ ਕੀਤੇ ਹਾਂ ਬਥੇਰੇ ਗਾਣੇ 'ਚ, ਸੋ ਸਾਡੀ ਕੋਈ ਤਾਂ ਅੜੀ ਨਹੀਂ ਹੁੰਦੀ ਕਿ ਅਸੀਂ ਇੰਨੇ ਹੀ ਲੈਣੇ, ਅਸੀਂ ਰੱਬ ਨਹੀਂ ਬਾਈ ਕਦੀ ਸਮਝਿਆ ਆਪਣੇ ਆਪ ਜੀ, ਰੱਬ ਇੱਥੋਂ ਇੱਥੇ ਤੱਕ ਲਿਆਉਣ ਲੱਗੇ ਬਾਈ ਮਿੰਟ ਨਹੀਂ ਲਾਉਂਦਾ ਅੱਜ ਦੇ ਟਾਈਮ 'ਚ, ਇਹ ਜਿਹੜੇ ਮੇਰੇ ਵੀਰ ਭਰਾ ਭੈਣਾਂ ਜਿਹੜੀਆਂ ਹੈਗੀਆਂ ਵਾ ਇਨਫਲੂਐਂਸਰ ਜਿਹੜੀਆਂ ਹੈਗੀਆਂ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ, ਜਿਹੜੇ ਫੋਲੋਅਰ ਸੋਹਣੇ ਹੈਗੇ ਉਹਨਾਂ ਦੇ, ਮੰਨਿਆ ਬਈ ਫੋਲੋਅਰ ਹੈਗੇ ਆ, ਜਿਹਨਾਂ ਲੋਕਾਂ ਨੇ ਉਹਨਾਂ ਨੂੰ ਉੱਤੇ ਚੜਾਇਆ ਵਾ ਹੈ ਨਾ, ਹੈਗਾ ਜਿਹਨਾਂ ਨੂੰ ਪੀਕ 'ਤੇ ਲੈ ਕੇ ਆਏ ਉਹਨਾਂ ਨੂੰ ਅੱਜ ਤੱਕ, ਉਹਨਾਂ 'ਚ ਮੈਨੂੰ ਲੱਗਦਾ ਈਗੋ ਨਹੀਂ ਆਉਣੀ ਚਾਹੀਦੀ ਯਾਰ, ਇਹ ਮਾੜੀ ਆ ਚੀਜ਼, ਈਗੋ ਜਾਂ ਫਿਰ ਜਿਵੇਂ ਕਹਿੰਦੇ ਕਿ ਰੱਬ ਮੰਨਣ ਲੱਗ ਪੈਂਦੇ, ਬਈ ਇਹ ਮਾੜਾ ਹੈ, ਇਹ ਮਾੜਾ ਹੈ, ਮੈਂ ਬਈ ਮੇਰਾ ਸਰਕਲ ਓਡੇ ਦਾ ਓਡਾ ਹੀ ਆ ਬਈ, ਫੇਮ ਸਿਰ 'ਤੇ ਨਹੀਂ ਚੜੀ ਬਈ, ਕਹਿੰਦੇ ਨਾ ਫੇਮ ਸਿਰ 'ਤੇ ਜਦੋਂ ਇੱਥੇ ਚੜ ਜਾਂਦੀ ਹੈ ਨਾ ਬਈ, ਫਿਰ ਬੰਦਾ ਡਿੱਗਦਾ ਹੀ ਡਿੱਗਦਾ, ਫਿਰ ਬੰਦੇ ਨੂੰ ਇਹ ਹੁੰਦਾ ਯਾਰ, ਫਿਰ ਬੰਦੇ ਦੀ ਯਾਰੀ ਟੁੱਟਦੀ ਹੈ, ਫਿਰ ਬੰਦੇ ਦਾ ਸਾਰਾ ਸਰਕਲ ਟੁੱਟਦਾ, ਬੰਦੇ ਤੋਂ ਪੈਸੇ ਆਉਣੇ ਬੰਦ ਹੋ ਜਾਂਦੇ, ਬੰਦੇ ਨੂੰ ਸਾਰਾ ਕੁਛ ਟੁੱਟ ਜਾਂਦਾ, ਪਰ ਅੱਜ ਦੇ ਟਾਈਮ 'ਚ ਵੀ ਸਰਕਲ ਓਡਾ ਹੀ ਹੈ, ਰੱਬ ਦੀ ਦਿਆਣਾ ਭਰਾ ਉਹਨਾਂ ਹੀ ਪਿਆਰ ਕਰਦੇ ਆ, ਕਿਉਂ ਕਰਦੇ ਬਈ, ਮੈਂ ਸਭ ਤੋਂ ਛੋਟਾ ਬਈ ਆਪਣੇ ਸਰਕਲ 'ਚ ਨਾ, ਮੈਂ ਆਪਣੇ ਸਰਕਲ 'ਚ ਸਭ ਤੋਂ ਛੋਟਾ ਆ, ਮੈਨੂੰ ਮੇਰੇ ਛੋਟੇ ਭਰਾ ਵਾਂਗੂ ਹੀ ਪਿਆਰ ਮਿਲਿਆ, ਮੈਨੂੰ ਗਾਲਾਂ ਵੀ ਕੱਢ ਦਿੰਦੇ ਆ, ਸਾਰਾ ਕੁਛ ਕਰ ਲੈਂਦੇ ਬਈ, ਮੈਂ ਕਿਉਂਕਿ ਛੋਟਾ ਸਭ ਤੋਂ, ਅਸੀਂ ਵੀ ਵੱਡੇ ਭਰਾ ਕਰਕੇ ਸਤਿਕਾਰ ਕਰੀਦਾ ਜੀ ਸਾਰਾ। ਬਾਈ ਜਦੋਂ ਟਿਕਟੋਕ ਬੰਦ ਹੋ ਗਈ, ਟਿਕਟੋਕ 'ਤੇ ਆਪਣੀ ਵੀਡੀਓਆਂ ਚੱਲ ਗਈਆਂ ਵਧੀਆ, ਅਤੇ ਉਦੋਂ ਇੱਕਦਮ ਇੰਨਾ ਵੱਡਾ ਝਟਕਾ ਲੱਗਣਾ? ਨਹੀਂ ਬਾਈ, ਮੈਨੂੰ ਕਦੀ ਨਾ ਬਾਈ ਇਸ ਚੀਜ਼ ਨੂੰ, ਮੈਂ ਤੁਹਾਨੂੰ ਦੱਸਿਆ ਨਾ, ਮੈਂ ਸਿਰ 'ਤੇ ਨਹੀਂ ਲਿਆ ਯਾਰ ਕਿ ਮੈਂ ਕੰਮ ਹੀ ਇਹ ਆ ਜੀ, ਮੈਂ ਇਸ ਚੀਜ਼ ਨੂੰ ਕਦੀ ਇਹ ਨਹੀਂ ਲਿਆ ਕਿ ਮੈਂ ਤੂੰ ਇਹੀ ਕੰਮ ਆ ਗੱਲਾਂ। ਫਿਰ ਇੰਸਟਾਗ੍ਰਾਮ 'ਤੇ ਕਿਵੇਂ ਬਾਈ? ਕੁਛ ਵੀ ਨਹੀਂ, ਮੈਂ ਤਾਂ ਬਾਈ ਇੰਸਟਾਗ੍ਰਾਮ ਤੋਂ ਮੈਂ ਪਹਿਲਾਂ ਹੀ ਪੋਸਟ ਵਗੈਰਾ ਪਾਉਂਦਾ ਹੁੰਦਾ ਸੀਗਾ, ਜਾਂ ਕੋਈ ਕਦੀ ਕਦੀ ਮੈਂ ਵੀਡੀਓ, ਪਹਿਲਾਂ ਰੀਲਸ ਦੀ ਆਪਸ਼ਨ ਨਹੀਂ ਸੀ, ਪਹਿਲਾਂ ਵੀਡੀਓ ਆਪਾਂ ਕੱਟ ਕਰਕੇ ਪਾ ਸਕਦੇ ਸੀ ਜੀ, ਮੈਂ ਕਦੀ ਕਦੀ ਇੰਸਟਾਗ੍ਰਾਮ ਦੀ ਵੀਡੀਓ ਪਾ ਦਿੰਦਾ ਹੁੰਦਾ ਸੀਗਾ, ਬਟ ਕਦੀ ਜਦੋਂ
ਜੋ ਵੀ ਸੀ ਸਾਰਾ ਕੁਝ ਸਾਡੇ ਟਿਕਟੋਕ ਤੇ ਸੀ ਚਲੋ ਜੋ ਹੈਗੇ ਜਦੋਂ ਜੋ ਹੈਗੇ ਚਲੋ ਹਨਾ ਤੇ ਜਿਹਨਾਂ ਦੀ ਫੈਮਲੀਆਂ ਨਹੀਂ ਸਟਰੋਂਗ ਹੈਗੀਆਂ ਜਾਂ ਫਿਰ ਕੁਝ ਵੀ ਜਿਹਨਾਂ ਦੀ ਰੋਟੀ ਇਕੱਲੀ ਟਿਕਟੋਕ ਤੋਂ ਚੱਲਦੀ ਸੀ ਪ੍ਰੋਮੋਸ਼ਨਸ ਕਰਕੇ ਕੁਝ ਮੰਨਦਾ ਬਈ ਨੋ ਡਾਊਟ ਬਟ ਬਈ ਮੈਨੂੰ ਇੰਨਾ ਝਟਕਾ ਨਹੀਂ ਲੱਗਿਆ ਸੀ ਪਤਾ ਨਹੀਂ ਕਿਉਂ ਮੈਨੂੰ ਸਾਰੇ ਚੀਜ਼ ਬੋਲਦੇ ਬਈ ਤੁਹਾਨੂੰ ਝਟਕਾ ਨਹੀਂ ਲੱਗਿਆ ਮੈਂ ਕਿਹਾ ਬਈ ਨਹੀਂ ਲੱਗਿਆ ਯਾਰ ਝਟਕਾ ਕਿਉਂ ਲੱਗਣਾ ਹਨਾ ਕਿ ਰੱਬ ਨੇ ਚੱਲ ਇੰਨੀ ਚੀਜ਼ ਜੇ ਮੰਨ ਲਓ ਜੇ ਟਿਕਟੋਕ ਦੇ ਉੱਪਰ ਦਿੱਤੀ ਹੈ ਜੇ ਮੈਂ ਇਸ ਚੀਜ਼ ਨੂੰ ਜੇ ਆਪਣੇ ਸਿਰ 'ਤੇ ਲੈ ਲੈਂਦਾ ਨਾ ਬਈ ਫਿਰ ਤਾਂ ਜਮਾ ਹੀ ਬਾਈ ਡੈਡ ਹੋਣਾ ਰੱਬ ਨੇ ਹੁਣ ਕੀ ਪਤਾ ਬਈ ਇੰਸਟਾਗ੍ਰਾਮ ਬੰਦ ਹੋ ਜਾਵੇ ਯਾਰ ਗੱਲ ਕੀ ਪਤਾ ਬਈ ਯੂਟਿਊਬ ਬੰਦ ਹੋ ਜਾਵੇ ਕੁਛ ਨਹੀਂ ਪਤਾ ਹੁਣ ਜਿਹੜੇ ਮੇਰੇ ਵੀਰ ਭਰਾ ਵਲੋਗਰ ਬੈਠੇ ਅਸੀਂ ਵੀ ਵਲੋਗਰ ਹਾਂ ਜਿਹੜੇ ਮੇਰੇ ਵੀਰ ਭਰਾ ਰੋਸਟਰ ਬੈਠੇ ਆ ਠੀਕ ਹੈ ਨਾ ਬੈਠੇ ਆ ਸਾਰੇ ਜਣੇ ਹੁਣ ਕੀ ਕਰੋਗੇ ਫਿਰ ਬਾਈ ਬਿਲਕੁਲ ਹੱਥਾਂ ਦੀ ਖੋ ਨਹੀਂ ਸਕਦਾ ਕੋਈ ਬਾਈ ਜਿਹਨੇ ਰੱਬ ਨੇ ਜਿਹਨੂੰ ਦੇਣੀ ਉਹ ਦੇਣੀ ਮੇਰੇ ਅੰਮੇ ਰਾਏ ਮੰਨਣਾ ਬਿਲਕੁਲ ਬਾਈ ਕੋਈ ਗੀਤ ਸਾਨੂੰ ਸਾਡੇ ਨਾਲ ਸਾਂਝਾ ਕਰੋ ਜੀ ਕੋਈ ਤੁਸੀਂ ਅੱਗੇ ਰੱਖਿਆ ਹੋਵੇ ਕਿਸੇ ਜਾਂ ਫਿਰ ਕੋਈ ਪਹਿਲਾਂ ਆਇਆ ਵਾ ਗੀਤ ਮੈਂ ਬਈਆ ਇੱਕ ਜਿਹੜਾ ਗਾਣਾ ਕੀਤਾ ਬਾਈ ਇਗਨੋਰ ਪਹਿਲਾਂ ਤੁਹਾਨੂੰ ਵੀ ਸੁਣਾ ਦਿੰਦਾ ਵਾ ਇੱਕ ਟੱਪਾ ਸੀਗਾ ਉਹਦਾ ਪਹਿਲਾਂ ਜਿਹੜਾ ਬਹੁਤ ਚੱਲਿਆ ਸੀਗਾ ਆਪਣੇ ਟਿਕਟੋਕ ਦੇ ਆਪਣੇ ਇੰਸਟਾਗ੍ਰਾਮ ਦੀ ਰੀਲਸ 'ਤੇ ਬਹੁਤ ਚੱਲਿਆ ਸੀ ਗਾਣਾ ਉਹ ਜੀ ਗਾਣਾ ਇੱਦਾਂ ਸੀਗਾ ਨਹੀਂ ਮੈਂ ਛੱਡ ਨਹੀਂ ਸੀ ਹੋਣਾ ਤਾਂ ਵੀ ਛੱਡਿਆ ਏ ਤੂੰ ਦਿਲੋਂ ਕੱਢ ਨਹੀਂ ਸੀ ਹੋਣਾ ਤਾਂ ਵੀ ਕੱਢਿਆ ਏ ਤੂੰ ਰੱਖ ਬਿਲੋ ਰੱਖ ਤੈਨੂੰ ਕਹਿੰਦਾ ਰਿਹਾ ਮੈਂ ਦਿਲ ਕਹਿ ਕੇ ਮੈਨੂੰ ਪੈਰਾਂ ਥੱਲੇ ਰੱਖਿਆ ਏ ਤੂੰ ਮੁੜ ਕੇ ਆ ਜਾ ਸੁਣ ਲੈ ਹੀਰੀਏ ਨੀ ਤੇਰੇ ਜੱਟ ਨੂੰ ਤੇਰੀ ਲੋੜ ਕੁੜੇ ਸਿੱਧਾ ਚੱਲਣਾ ਚਾਹੁੰਦਾ ਮੈਂ ਪਰ ਪੁੱਠੇ ਸਾਰੇ ਰੋਡ ਕੁੜੇ ਪਹਿਲਾਂ ਹੀ ਇੱਥੋਂ ਲੰਘੀ ਹੈ ਹੁਣ ਕਰਨਾ ਬਾਲੀ ਚੌੜ ਕੁੜੇ ਤੂੰ ਪਹਿਲਾਂ ਹੀ ਇੱਥੋਂ ਲੰਘੀ ਹੈ ਹੁਣ ਕਰਨਾ ਬਾਲੀ ਚੌੜ ਕੁੜੇ ਤੂੰ ਕਰਦੀ ਨਿੱਤ ਮੈਨੂੰ ਇਗਨੋਰ ਕੁੜੇ ਤੇਰੇ ਦਿਲ ਵਿੱਚ ਲੱਗਦਾ ਮੈਨੂੰ ਚੋਰ ਕੁੜੇ ਬਾਈ ਮਾਫ਼ੀ ਗਲਾ ਬਹੁਤ ਜ਼ਿਆਦਾ ਖਰਾਬ ਆ ਸ਼ੁਰੂ ਤੋਂ ਬਈ ਇੰਟਰਸਟ ਮੈਨੂੰ ਹੈਗਾ ਪੜ੍ਹਨ ਦਾ ਰਿਹਾ ਮਾੜਾ ਮੋਟਾ ਨਾ ਕਿ ਜਿੱਦਾਂ ਮੈਂ ਸਕੂਲ ਟਾਈਮ ਦੇ ਵਿੱਚ ਵੀ ਜਦੋਂ ਸੀਗਾ ਮੈਂ ਪੜ੍ਹ ਲੈਂਦਾ ਹੁੰਦਾ ਮੈਂ ਪੜ੍ਹ ਲੈਂਦਾ ਹੁੰਦਾ ਮੈਨੂੰ ਰੀਡਿੰਗ ਵਧੀਆ ਲੱਗਦੀ ਮੈਨੂੰ ਲਿਖਣ ਨਾਲੋਂ ਮਤਲਬ ਕਿ ਮੈਂ ਰਾਈਟ ਜਦੋਂ ਮੈਂ ਸਕੂਲੇ ਆਪਣੀ ਨੋਟਬੁੱਕ ਦੀ ਆਪਣੇ ਆਪ ਨਹੀਂ ਬਣਾਈ ਬਾਈ ਮੈਂ ਅੱਛਾ ਹੁਣ ਚਲੋ ਗਾਣੇ ਆਪਣੇ ਦਿਮਾਗ 'ਚ ਆਉਂਦੇ ਬਾਈ ਕਹਿੰਦਾ ਯਾਰ ਕਿ ਆਪਾਂ ਲਿਖ ਲਈਏ ਹੁਣ ਚਲੋ ਲਿਖਣ ਦਾ ਚਾਅ ਹੁਣ ਪਿਆ ਮਤਲਬ ਕਿ ਮੈਂ ਲਿਖ ਲੱਗਾ ਅਤੇ ਆਪਣੇ ਗੀਤ ਲਿਖ ਲਵਾਂ ਮੈਂ ਉੱਦਾਂ ਕਦੀ ਸਕੂਲ ਟਾਈਮ 'ਤੇ ਕਦੀ ਆਪਣੀ ਕਾਪੀ ਨਹੀਂ ਬਣਾਈ ਬਾਈ ਮੈਂ ਉਹ ਕੁੜੀਆਂ 'ਤੇ ਬਣਾਈਆਂ ਨਾ ਆਦੀ ਕਿ ਸ਼ੁਰੂ ਤੋਂ ਹੀ ਘੈਂਟ ਰਹੇ ਹੋ ਆਲੂ ਦਾ ਦਿਮਾਗ ਮੰਨਣਾ ਹੀ ਬਾਈ ਫਿਰ ਇਹੀ ਹੈ ਤੇ ਹੋਰ ਕੋਈ ਹੋਰ ਕੁਛ ਦਿਮਾਗ ਚ ਹੋਰ ਇੱਕ ਗਾਣਾ ਹੈ ਤਾਂ ਬੱਬੂ ਮਾਨ ਸਾਹਿਬ ਦਾ ਮੇਰੇ ਆਲੂ ਵਿੱਚ ਤੇਰਾ ਘਰ ਹੋਵੇ ਕਦੀ ਆਇਆ ਕਰ ਕਦੀ ਜਾਇਆ ਕਰ ਨਾ ਬਿਲਕੁਲ ਬਿਲਕੁਲ ਬਾਈ ਜੀ ਬਹੁਤ ਸੋਹਣਾ ਤੇ ਬਾਈ ਕਦੇ ਆਉਣ ਵਾਲੇ ਟਾਈਮ ਦੇ ਤੁਹਾਨੂੰ ਕਿਸੇ ਫਿਲਮ ਜਾਂ ਵੈਬ ਸੀਰੀਜ਼ 'ਚ ਵੀ ਦੇਖ ਸਕਦੇ ਹਾਂ ਆਪਾਂ ਬਾਈ ਇਹ ਤਾਂ ਰੁੱਲਾ ਫੈਮਿਲੀ ਨੂੰ ਛੱਡ ਕੇ ਤੁਸੀਂ ਦੱਸਿਆ ਤੁਸੀਂ ਹਾਂਜੀ 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 ਬਾਈ ਬਿਲਕੁਲ ਚਲੋ ਇਹ ਤਾਂ ਰੱਬ 'ਤੇ ਆ ਇਹ ਹੁਣ ਜਿੱਧਰਲੇ ਪਾਸੇ ਰੱਬ ਲੈ ਜੂਗਾ ਆਪਾਂ ਉੱਧਰਲੀ ਸਾਈਡ 'ਤੇ ਤੁਰ ਪੈਣਾ ਜਿੱਦਾਂ ਕਿ ਰੱਬ ਨੇ ਹੁਣ ਚਲੋ ਹੱਥ ਰੱਖਿਆ ਪਿੱਠ 'ਤੇ ਉਸ ਹਿਸਾਬ ਨਾਲ ਤੁਰ ਪਾਂਗੇ ਬਾਈ ਜੀ ਇਹੀ ਹੈ ਮੈਨੂੰ ਕੋਈ ਆਫਰ ਆਈ ਹੁਣ ਤੱਕ ਹਾਂਜੀ ਬਾਈ ਆਈਆਂ ਸੀਗੀਆਂ ਦੋ ਮੂਵੀਜ਼ ਆਫਰ ਆਈਆਂ ਸੀਗੀਆਂ ਬਟ ਉਹ ਮੈਂ ਮੋੜਤੀਆਂ ਉਸ ਵੇਲੇ ਬਾਈ ਮੇਰਾ ਹੈ ਨਹੀਂ ਸੀ ਹਲੇ ਮਤਲਬ ਕੋਈ ਇੰਨਾ ਮੇਰਾ ਦਿਲ ਨਹੀਂ ਸੀ ਕਿ ਮੈਂ ਮੂਵੀਜ਼ ਦੇ ਵਿੱਚ ਜਾਵਾਂ ਹਲੇ ਫਿਰ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਹੀ ਸੀਗੀ ਪਰ ਮੈਂ ਮੋੜਤੀਆਂ ਸੀ ਬਾਈ ਉਸ ਵੇਲੇ ਜੀ ਹਾਂਜੀ ਅਸ਼ੈਨ ਵੀਰੇ ਤੁਸੀਂ ਕੁਛ ਹੋਰ ਦੱਸਣਾ ਚਾਹੋ ਜੋ ਮੈਂ ਪੁੱਛਣਾ ਭੁੱਲ ਗਿਆ ਹਾਂ ਜਾਂ ਨਾ ਪੁੱਛ ਸਕਿਆ ਹਾਂ ਤੁਸੀਂ ਕੋਈ ਦਿਲ ਦੀ ਗੱਲ ਸਾਡੇ ਨਾਲ ਸਾਂਝੀ ਕਰਨੀ ਚਾਹੋ ਦਿਲ ਦੀ ਗੱਲ ਬਈ ਇਹੀ ਆ ਜਿਹੜੀ ਯਾਰੀ ਹੁੰਦੀ ਅੱਜ ਦੇ ਟਾਈਮ 'ਚ ਮੈਂ ਕਹਿੰਦਾ ਯਾਰੀ ਨੂੰ ਰੱਬ ਬਣਾ ਕੇ ਰੱਖੋ ਭਾਵੇਂ ਯਾਰ ਹੈ ਭਾਵੇਂ ਪਿਆਰ ਆ ਭਾਵੇਂ ਕੁਛ ਭਾਵੇਂ ਮਾਪੇ ਆ ਅਤੇ ਜਿਹੜੇ ਯਾਰ ਹੁੰਦੇ ਆ ਜਿਹਨਾਂ ਨੂੰ ਆਪਾਂ ਯਾਰ ਕਹਿੰਦੇ ਜਿਹੜੇ ਆਪਣੇ ਨਾਲ ਘੁੰਮਦੇ ਫਿਰਦੇ ਗੱਡੀਆਂ 'ਚ ਬਹਿੰਦੇ ਆ ਰੋਟੀ ਪਾਣੀ ਛੱਕਦੇ ਉਹਨਾਂ ਨਾਲ ਬਹਿੰਦੇ ਆ ਪੈਸਿਆਂ ਕਰਕੇ ਯਾਰੀ ਬਹੁਤ ਟੁੱਟਦੀ ਦੇਖੀ ਪਈ ਅੱਜ ਤੱਕ ਮੈਂ ਪਰ ਮੇਰੇ ਹਿਸਾਬ ਨਾਲ ਬਈ ਮੇਰਾ ਫਾਰਮੂਲਾ ਇਹੀ ਰਿਹਾ ਕਿ ਜਿੱਥੇ ਯਾਰੀ ਆ ਗਈ ਉੱਥੇ ਪੈਸਾ ਕੋਈ ਨਹੀਂ ਜੀ ਅਤੇ ਜਿੱਥੇ ਪੈਸਾ ਆ ਗਿਆ ਉੱਥੇ ਯਾਰੀ ਕੋਈ ਨਹੀਂ ਜੀ ਜੇ ਯਾਰੀ ਹੈਗੀ ਆ ਫਿਰ ਪੈਸੇ ਦਾ ਹਿਸਾਬ ਕੋਈ ਨਹੀਂ ਪੈਸੇ ਦਾ ਹਿਸਾਬ ਕੋਈ ਨਾ ਰੱਖੋ ਕਿ ਤੈਨੂੰ 10 ਦੇਣੇ ਸੀ ਤੂੰ ਮੈਨੂੰ 20 ਦੇਣੇ ਸੀ ਕੋਈ ਹਿਸਾਬ ਨਹੀਂ ਤੁਹਾਨੂੰ ਦੇ ਦਿੱਤੇ ਲੈ ਲੈ ਠੀਕ ਹੈ ਨਾ ਬਈ ਇਹ ਹਿਸਾਬ ਹੈ ਮੇਰਾ ਤਾਂ ਜਿੱਥੇ ਯਾਰੀ ਆ ਗਈ ਉੱਥੇ ਪੈਸੇ ਦਾ ਹਿਸਾਬ ਕੋਈ ਨਾ ਰੱਖੋ ਬਾਕੀ ਯਾਰੀਆਂ ਮੈਂ ਕਹਿੰਦਾ ਇੱਦਾਂ ਚੱਲਦੀਆਂ ਰਹਿਣ ਪਰਮਾਤਮਾ ਰੱਬ ਸਾਰਿਆਂ ਦੀ ਯਾਰੀਆਂ ਕਾਇਮ ਰੱਖਣ ਜੀ ਅਤੇ ਹੁਣ ਇਹ ਵੀ ਦੱਸ ਦੇ ਕਿ ਵੈਲੈਂਟਾਈਨ ਡੇ ਨੂੰ ਗਿਫਟ ਕੀ ਦੇ ਰਹੇ ਹੋ ਇਹ ਬਾਈ ਥੋੜ੍ਹਾ ਔਖਾ ਹਾਲੇ ਕਿਉਂਕਿ ਮੈਨੂੰ ਆਪ ਨੂੰ ਨਹੀਂ ਪਤਾ ਲੱਗੀ ਇਹ ਤਾਂ ਆਪਣੇ ਭਰਾ ਤੋਂ ਰੋਬੀ ਬਾਈ ਤੋਂ ਸਲਾਹ ਲੈਣੀ ਪੈਣੀ ਮੈਨੂੰ ਬਾਈ ਤੁਹਾਡੀ ਫੇਵਰੇਟ ਪਲੇਸ ਕਿਹੜੀ ਹੁੰਦੀ ਹੈ ਜਦੋਂ ਤੁਸੀਂ ਘੁੰਮਣ ਫਿਰਨ ਜਾਣਾ ਹੋਵੇ ਕਿਤੇ ਬੈਠ ਕੇ ਦੋ ਵੜ ਘੜੀ
ਕੁਛ ਖਾਣਾ ਬਾਈ ਦੋ ਘੜੀ ਨਹੀਂ ਮੈਨੂੰ ਇਹੀ ਹੁੰਦਾ ਮੈਂ ਬਾਈ ਘੁੰਮਦਾ ਫਿਰਦਾ ਰਹਿੰਦਾ ਮੈਨੂੰ ਘੁੰਮਣ ਫਿਰਨ ਦਾ ਬੜਾ ਸ਼ੌਂਕ ਆ ਮੈਂ ਬਾਈ ਆਪਣੀ ਸ਼ੁਰੂ ਤੋਂ ਪਹਿਲਾਂ ਆਪਣੀ ਫੈਮਿਲੀ ਨਾਲ ਬੜਾ ਘੁੰਮਿਆ ਫਿਰਿਆ ਮੈਨੂੰ ਮੇਰੇ ਬਾਪੂ ਨੇ ਮੇਰਾ ਕੀੜਾ ਜ਼ਿਆਦਾ ਜਗਾਇਆ ਘੁੰਮਣ ਫਿਰਨ ਦਾ ਸੋ ਮੈਨੂੰ ਇਹ ਹੁੰਦਾ ਮੈਂ ਹਰੇਕ ਵੀਕਐਂਡ 'ਤੇ ਮੈਂ ਮਤਲਬ ਇੱਕ ਹਫ਼ਤੇ ਵਿੱਚ ਇੱਕ ਦੋ ਗੇੜਾ ਕਿਤੇ ਕੱਢਿਆ ਵਾ ਜਾ ਕੇ ਕਿਤੇ ਜਾਣਾ ਵਾ ਪਰ ਬੰਦਾ ਕਿਸੇ ਵੇਲੇ ਕੋਈ ਸਿਚੁਏਸ਼ਨ ਦਾ ਫਸਿਆ ਹੁੰਦਾ ਪਰ ਬੰਦਾ ਕਹਿੰਦਾ ਯਾਰ ਘੁੰਮਣ ਤਾਂ ਜਾਣਾ ਹੀ ਆ ਫਿਰ ਕੀ ਵੈ ਜਿਹੜੀ ਮਰਜ਼ੀ ਔਖਾ ਟਾਈਮ ਆ ਜਾਵੇ ਪਰ ਬੰਦੇ ਨੇ ਘੁੰਮਣ ਜਾਣਾ ਹੁੰਦਾ ਮੈਂ ਜਾਣਾ ਬਈ ਜ਼ਿਆਦਾ ਮੈਂ ਜਾਂਦਾ ਹੁੰਦਾ ਪਹਾੜਾਂ ਵੱਲ ਜਦੋਂ ਆਪਣਾ ਮਾਇੰਡ ਜਦੋਂ ਕੰਮ ਕਰਨਾ ਹੋਵੇ ਅਤੇ ਜਾਂ ਫਿਰ ਜਦੋਂ ਬੰਦੇ ਨੂੰ ਕਹਿੰਦਾ ਯਾਰ ਕਿ ਸ਼ਾਂਤੀ ਚਾਹੀਦੀ ਬਸ ਮੈਨੂੰ ਦੁਨੀਆਦਾਰੀ ਤੋਂ ਪਰਾਂ ਹੋ ਜਾਵਾਂ ਪਹਾੜਾਂ ਚੱਲ ਜਾਂਦਾ ਹੁੰਦਾ ਬਈ ਫਿਰ ਆਪਣੇ ਯਾਰ ਮਿੱਤਰ ਨਾਲ ਚਾਰ ਪੰਜ ਲੈ ਕੇ ਪਹਾੜਾਂ ਚੱਲ ਜਾਂਦਾ ਬਈ ਚੁੱਪ ਕਰਕੇ ਸ਼ਾਂਤੀ ਨਾਲ ਆਪਾਂ 3-4 ਦਿਨ ਲੱਗ ਜਾਂਦੇ ਆ ਨਾ ਬਿਲਕੁਲ ਸੋ ਥੈਂਕ ਯੂ ਸੋ ਮਚ ਵੀਰੇ ਤੁਸੀਂ ਸਾਨੂੰ ਟਾਈਮ ਦਿੱਤਾ ਧੰਨਵਾਦ ਵੀਰੇ ਸਭ ਦਾ ਬਹੁਤ ਬਹੁਤ ਧੰਨਵਾਦ ਬਿਲਕੁਲ ਇਹ ਇਸ਼ਾਨ ਬੱਗਾ ਸਾਡੇ ਨਾਲ ਸੀਗੇ ਅਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਇੰਸਟਾਗ੍ਰਾਮ ਅਤੇ ਸੋਸ਼ਲ ਮੀਡੀਆ 'ਤੇ ਬਾਈ ਬਹੁਤ ਜ਼ਿਆਦਾ ਚਰਚਾ 'ਚ ਰਹਿੰਦੇ ਨੇ ਅਤੇ ਬਾਈ ਦੀਆਂ ਹੋਰ ਸਾਰੀਆਂ ਬਹੁਤ ਨਵੀਂ ਨਵੀਆਂ ਚੀਜ਼ਾਂ ਆ ਰਹੀਆਂ ਨੇ ਗਾਣੇ ਵੈਬ ਸੀਰੀਜ਼ ਫਿਲਮਾਂ ਸਭ 'ਚ ਨਜ਼ਰ ਆਉਣਗੇ ਬਾਈ ਨੇ ਜਿਵੇਂ ਦੱਸਿਆ ਅਤੇ ਕਿਵੇਂ ਲੱਗੀ ਤੁਹਾਨੂੰ ਸਾਡੀ ਇੰਟਰਵਿਊ ਤੁਸੀਂ ਲਾਈਕ ਸਬਸਕ੍ਰਾਈਬ ਪੰਜਾਬੀ ਪੋਰਟਲੀ ਨੂੰ ਕਰ ਦਿਓ ਮਿਲਦੇ ਹਾਂ ਫਿਰ ਅਗਲੀ ਵਾਰ